ਸਸਿਕਾਲ ਜੀ ਮੈਂ ਹਾਂ ਗਗਨਦੀਪ ਸਿੰਘ ਆਨੰਦਪੁਰੀ ਤੇ ਤੁਸੀਂ ਦੇਖ ਰਹੇ ਹੋ ਗੁੱਡ ਮਾਰਨਿੰਗ ਸੰਗਤ ਲਾਈਵ ਪ੍ਰੋਗਰਾਮ ਤੇ ਇਹ ਰੋਜ਼ਾਨਾ ਦਾ ਪ੍ਰੋਗਰਾਮ ਹੈ ਇਹ ਪ੍ਰੋਗਰਾਮ ਜਿਹੜਾ ਹੈ ਪੰਜਾਬ ਦੇ ਨਾਲ ਲੱਗਦੇ ਚੰਡੀਗੜ੍ਹ ਤੋਂ ਜਿਹੜਾ ਹੈ ਟੈਲੀਕਾਸਟ ਕੀਤਾ ਜਾਂਦਾ ਆ ਤੇ ਜਿਸ ਤਰ੍ਹਾਂ ਤੁਹਾਨੂੰ ਇਸ ਪ੍ਰੋਗਰਾਮ ਦਾ ਹਮੇਸ਼ਾ ਬੇਸਬਰੀ ਦੇ ਨਾਲ ਇੰਤਜ਼ਾਰ ਰਹਿੰਦਾ ਆ ਤੇ ਮੈਂ ਮੁੜ ਤੋਂ ਹਾਜ਼ਰ ਹਾਂ ਤੁਹਾਡੀ ਸੇਵਾ ਦੇ ਵਿੱਚ ਗਗਨਦੀਪ ਸਿੰਘ ਆਨੰਦਪੁਰੀ ਪਿਆਰ ਸਤਿਕਾਰ ਤੇ ਨਿਮਰਤਾ ਦੇ ਨਾਲ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਗਰਾਮ ਤੋਂ ਸ਼ੁਰੂ ਕਰਨ ਤੋਂ ਪਹਿਲਾਂ ਜਿਹੜਾ ਆ ਮੈਂ ਅੱਜ ਦੇ ਦਿਨ ਦੀ ਗੱਲ ਕਰੂੰਗਾ ਅੱਜ ਦਾ ਦਿਨ ਬੁੱਧਵਾਰ ਦਾ ਆ 16 ਫਰਵਰੀ 2022 ਤੇ ਜਿਹੜਾ ਆ 6 ਫੱਗਣ ਨਾਨਕਸ਼ਾਹੀ 2022 ਤੇ ਆਓ ਅਸੀਂ ਪ੍ਰੋਗਰਾਮ ਨੂੰ ਅੱਗੇ ਵਧਾਈਏ ਜਿਸ ਤਰ੍ਹਾਂ ਸਾਡਾ ਸਭ ਤੋਂ ਪਹਿਲਾ ਪ੍ਰੋਗਰਾਮ ਹੁੰਦਾ ਆ ਉਹ ਹੁੰਦਾ ਹੈਲਥ ਪੈਕੇਜ ਦਾ ਦੇਸੀ ਨੁਸਖਿਆਂ ਦਾ ਤੇ ਅੱਜ ਦੇ ਹੈਲਥ ਪੈਕੇਜ ਦੇ ਵਿੱਚ ਜਿਹੜਾ ਆ ਅਸੀਂ ਸਾਨੂੰ ਜਿਹੜੀਆਂ ਕੀ ਸਿਹਤ ਸੰਬੰਧੀ ਜਿਹੜੀਆਂ ਨੇ ਜਿਹੜੀਆਂ ਰੱਖਣੀਆਂ ਚਾਹੀਦੀਆਂ ਨੇ ਸਾਵਧਾਨੀਆਂ ਜਾਂ ਕਿਸ ਤਰ੍ਹਾਂ ਸਾਨੂੰ ਆਪਣੀ ਸਿਹਤ ਨੂੰ ਚੰਗਾ ਰੱਖਣਾ ਚਾਹੀਦਾ ਆ ਤੇ ਕਿਹੜੇ ਰੋਗ ਬਾਰੇ ਜਿਹੜੀ ਅੱਜ ਅਸੀਂ ਜਾਣਕਾਰੀ ਆ ਉਹ ਅਸੀਂ ਇਸ ਹੈਲਥ ਪੈਕੇਜ ਦੇ ਵਿੱਚ ਅਸੀਂ ਦੇਖਾਂਗੇ ਤੇ ਆਓ ਅਸੀਂ ਦੇਖਦੇ ਹਾਂ ਹੁਣ ਜਿਹੜਾ ਅੱਜ ਦਾ ਸਾਡਾ ਹੈਲਥ ਪੈਕੇਜ ਦਾ ਵੀਡੀਓ ਤੇ ਹੁਣ ਸੁਣੋ ਹੈਲਥ ਰਿਲੇਟਿਡ ਕੁਝ ਟਿਪਸ ਅਕਸਰ ਲੋਕ ਚੱਕਰ ਆਉਣ ਨੂੰ ਜ਼ਿਆਦਾ ਗੰਭੀਰਤਾ ਨਾਲ ਨਹੀਂ ਲੈਂਦੇ ਕਈ ਲੋਕ ਚੱਕਰ ਆਉਣਾ ਜਾਂ ਸਿਰ ਚੱਕਰ ਆਉਣਾ ਨੂੰ ਆਮ ਮੰਨਦੇ ਹਨ ਪਰ ਅਜਿਹੀ ਸੋਚ ਰੱਖਣਾ ਗਲਤ ਹੈ ਵਾਰ-ਵਾਰ ਸੀ ਚਕਰਉਣਾ ਅੱਖਾਂ ਅੱਗੇ ਨੇਰਾ ਛਾ ਜਾਣਾ ਅਤੇ ਬੇਚੈਨੀ ਵਰਗੇ ਲੱਛਣ ਆਮ ਨਹੀਂ ਸਗੋ ਇਸ ਗੱਲ ਵੱਲ ਸੰਕੇਤ ਦਿੰਦੇ ਹਨ ਕਿ ਸਾਡੇ ਸਰੀਰ ਦੀਆਂ ਕਿਰਿਆਵਾਂ ਵਿੱਚ ਕਿਤਨਾ ਕਿਤੇ ਗੜਬੜੀ ਹੈ ਕੀ ਹੈ ਆਖਿਰ ਚੱਕਰ ਆਉਣਾ ਜਦੋਂ ਵੀ ਕਿਸੇ ਨੂੰ ਚੱਕਰ ਆਉਂਦਾ ਹੈ ਤਾਂ ਉਸ ਦਾ ਸਿਰ ਘੁੰਮਣ ਲੱਗਦਾ ਹੈ ਕਦੇ-ਕਦੇ ਅੱਖਾਂ ਦੇ ਅੱਗੇ ਨੇਰਾ ਛਾ ਜਾਂਦਾ ਹੈ ਤਾਂ ਕਦੇ ਬੇਚੈਨੀ ਤੋਂ ਬਾਅਦ ਚੱਕਰ ਜਿਹਾ ਮਹਿਸੂਸ ਹੁੰਦਾ ਹੈ ਇਸ ਦੌਰਾਨ ਮਨੁੱਖ ਨੂੰ ਇੱਕ ਅਵਸਥਾ 'ਚ ਖੜੇ ਜਾਂ ਬੈਠੇ ਰਹਿਣ ਵਿੱਚ ਪਰੇਸ਼ਾਨੀ ਹੋਣ ਲੱਗਦੀ ਹੈ ਸਧਾਰਨ ਤੌਰ ਤੇ ਲੋਕ ਚੱਕਰ ਆਉਣ ਨੂੰ ਬਹੁਤਾ ਸੀਰੀਅਸ ਨਹੀਂ ਲੈਂਦੇ ਉਨਨੂੰ ਲੱਗਦਾ ਹੈ ਕਿ ਸਿਰਦਰਦ ਜਾਂ ਕਮਜ਼ੋਰੀ ਦੀ وجہ ਨਾਲ ਅਜਿਹਾ ਹੋ ਰਿਹਾ ਏ ਇਸ ਦੇ ਕਾਰਨ ਬਾਰੇ ਤੁਹਾਨੂੰ ਦੱਸ ਦਿਆਂ ਚੱਕਰ ਆਉਂਦੇ ਕਦੇ ਨਾਰਮਲ ਤਾਂ ਕਦੇ ਗੰਭੀਰ ਕਾਰਨ ਹੋ ਸਕਦੇ ਹਨ ਨਾਰਮਲ ਕਾਰਨਾ ਵਿੱਚ ਸਿਰਦਰਦ ਗਲਾ ਕੰਨ ਅੱਖ ਨਰਵਸ ਸਿਸਟਮ ਬਲੱਡ ਪ੍ਰੈਸ਼ਰ ਸਰੀਰ ਚ ਪਾਣੀ ਜਾਂ ਖੂਨ ਦੀ ਕਮੀ ਮਾਈਗਰੇਨ ਅਤੇ ਥਕਾਵਟ ਦੀ وجہ ਨਾਲ ਚੱਕਰ ਆਉਂਦੇ ਹਨ ਜੋ ਜ਼ਿਆਦਾ ਗੰਭੀਰ ਨਹੀਂ ਹੁੰਦੇ ਪਰ ਕਈ ਵਾਰ ਸਿਰ ਵਿੱਚ ਗੰਭੀਰ ਸੱਟ ਲੱਗਣਾ ਕੰਨ ਵਿੱਚ ਵਾਇਰਲ ਇਨਫੈਕਸ਼ਨ ਹੋਣਾ ਅਨੀਮੀਆ ਦਵਾਈਆਂ ਜਾਂ ਉਲਟ ਪ੍ਰਭਾਵ ਜਾਂ ਕਿਸੇ ਅੰਦਰੂਨੀ ਬਿਮਾਰੀ ਦੇ ਕਾਰਨ ਅਜਿਹਾ ਹੋ ਸਕਦਾ ਹੈ ਇਸ ਦੇ ਬਚਾਅ ਬਾਰੇ ਗੱਲ ਕਰੀਏ ਤਾਂ ਡਾਕਟਰਾਂ ਦੇ ਮੁਤਾਬਕ ਜੇਕਰ ਤੁਹਾਨੂੰ ਚੱਕਰ ਮਹਿਸੂਸ ਹੋ ਰਿਹਾ ਹੈ ਤਾਂ ਇੱਕ ਜਗ੍ਹਾ ਖੜੇ ਨਾ ਰਹੋ ਕਿਤੇ ਬੈਠੋ ਜਾਂ ਲੇਟ ਜਾਓ ਕਿਸੇ ਵੀ ਕੰਮ ਨੂੰ ਹੌਲੀ-ਹੌਲੀ ਕਰੋ ਸਿਰ ਨੂੰ ਤੇਜ਼ੀ ਨਾਲ ਘੁਮਾਉਣ ਤੋਂ ਬਚੋ ਘਬਰਾਓ ਨਾ ਤਣਾਅ ਘੱਟ ਲਓ ਤੰਬਾਕੂ ਸ਼ਰਾਬ ਜਾਂ ਕੈਫੀਨ ਦਾ ਇਸਤੇਮਾਲ ਨਾ ਕਰੋ ਕਿਸੇ ਉੱਚੀ ਥਾਂ ਤੇ ਜਾਣ ਤੋਂ ਬਚੋ ਯਾਤਰਾ ਕਰਨ ਤੋਂ ਬਚੋ ਬਲੱਡ ਪ੍ਰੈਸ਼ਰ ਚੈੱਕ ਕਰਵਾਓ ਅੱਖਾਂ ਤੇ ਕੰਨ ਦੀ ਜਾਂਚ ਕਰਵਾਓ ਤੇ ਵੱਧ ਤੋਂ ਵੱਧ ਆਰਾਮ ਕਰੋ ਤੇ ਤੁਹਾਨੂੰ ਲੱਛਣਾਂ ਬਾਰੇ ਦੱਸ ਦਈਏ ਹਲਕਾ ਸਿਰਦਰਦ ਤੇ बेहੋਸ਼ੀ ਬੈਠਣ ਤੇ ਖੜੇ ਹੋਣ ਚ ਪਰੇਸ਼ਾਨੀ ਸਰੀਰ ਤੋਂ ਕੰਟਰੋਲ ਗਵਾਉਣਾ ਅੱਗੇ ਤੇ ਪਿੱਛੇ ਵੱਲ ਡਿੱਗਣ ਵਰਗਾ ਮਹਿਸੂਸ ਹੋਣਾ ਤੇਜ਼ ਬੁਖਾਰ ਤੇ ਛਾਤੀ 'ਚ ਦਰਦ ਸੁਣਨ ਤੇ ਬੋਲਣ ਚ ਤਕਲੀਫ ਇਸੇ ਸਾਡਾ ਹੈਲਥ ਪੈਕੇਜ ਦਾ ਪ੍ਰੋਗਰਾਮ ਜਿਹੜਾ ਤੁਸੀਂ ਵੀਡੀਓ ਦੇਖਿਆ ਵੀਡੀਓ ਦੇ ਵਿੱਚ ਸਾਵਧਾਨੀਆਂ ਜੋ ਵੀ ਦਸੀਆਂ ਗਈਆਂ ਨੇ ਉਸ ਨੂੰ ਜਿਹੜਾ ਬੜੀ ਇਤਿਆਦੀ ਦੇ ਨਾਲ ਜਿਹੜਾ ਆ ਅਸੀਂ ਨਹੀਂ ਬੋਣਾ ਆ ਤਾਂ ਹੀ ਅਸੀਂ ਜਿਹੜਾ ਆ ਆਪਣੇ ਜਿਹੜੇ ਸਰੀਰ ਦੇ ਰੋਗਾਂ ਨੂੰ ਜਿਹੜਾ ਆ ਉਹ ਮੁਕਤ ਕਰ ਸਕਦੇ ਆ ਛੋਟੀਆਂ-ਛੋਟੀਆਂ ਜਿਹੜੇ ਸਾਡੇ ਕਦਮ ਅਸੀਂ ਜ਼ਿੰਦਗੀ ਦੇ ਵਿੱਚ ਪੁੱਟਦੇ ਆ ਜਾਂ ਛੋਟੇ-ਛੋਟੇ ਕਦਮ ਅਸੀਂ ਆਪਣੀ ਸਿਹਤ ਸੰਬੰਧੀ ਪੁੱਟਦੇ ਆ ਉਹ ਸਾਡੇ ਲਈ ਬਹੁਤ ਹੀ ਵੱਡੇ ਜਿਹੜੇ ਆਕਾਰਗਣ ਸਾਬਿਤ ਹੁੰਦੇ ਆ ਕਿਉਂਕਿ ਦਵਾਈ ਨਾਲੋਂ ਜਿਹੜਾ ਆ ਪਰਹੇਜ਼ ਜ਼ਿਆਦਾ ਜ਼ਰੂਰੀ ਹੁੰਦਾ ਆ ਪਰਹੇਜ਼ ਵੀ ਸਾਨੂੰ ਰੱਖਣਾ ਬਹੁਤ ਜ਼ਰੂਰੀ ਆ ਇਹ ਨਾ ਹੋਵੇ ਕਿ ਇੱਕ ਪਾਸੇ ਜਿਹੜੇ ਆ ਅਸੀਂ ਦਵਾਈ ਤੇ ਜ਼ੋਰ ਦਿੱਤਾ ਹੋਵੇ ਤੇ ਦੂਜੇ ਪਾਸੇ ਅਸੀਂ ਜਿਹੜਾ ਆ ਉਹਦਾ ਪਰਹੇਜ਼ ਨਾ ਕਰੀਏ ਤੇ ਜਿਹੜਾ ਆ ਉਹ ਰੋਗ ਜਿਹੜਾ ਆ ਵਾਦਾ ਜਾਵੇ ਤੇ ਕੋਈ ਵੀ ਰੋਗ ਐਡਾ ਵੱਡਾ ਨਹੀਂ ਹੁੰਦਾ ਕਿ ਉਹ ਠੀਕ ਨਾ ਹੋਵੇ ਤੇ ਕੋਈ ਰੋਗ ਐਡਾ ਛੋਟਾ ਵੀ ਨਹੀਂ ਹੁੰਦਾ ਕਿ ਉਹ ਵੱਡਾ ਨਾ ਬਣ ਸਕੇ ਇਸ ਕਰਕੇ ਜਿਹੜਾ ਆ ਕਿਸੇ ਵੀ ਰੋਗ ਦੀ ਜਾਂ ਕਿਸੇ ਵੀ ਜੇ ਤੁਹਾਡੇ ਸਰੀਰ ਨੂੰ ਬਿਮਾਰੀ ਲੱਗੀ ਆ ਉਸ ਦੀ ਚਿੰਤਾ ਨਹੀਂ ਕਰਨੀ ਆ ਕਿਉਂਕਿ ਟੈਕਨੋਲੋਜੀ ਦਾ ਜ਼ਮਾਨਾ ਆ ਤੁਸੀਂ ਕਿਸੇ ਵੀ ਡਾਕਟਰ ਦੇ ਨਾਲ ਜਿਹੜਾ ਆ ਜਿਸ ਸਬੰਧੀ ਤੁਹਾਨੂੰ ਰੋਗ ਹੈ ਤੁਹਾਡੇ ਸਰੀਰ ਨੂੰ ਉਸ ਦੇ ਨਾਲ ਜਿਹੜਾ ਹੈ ਡਾਕਟਰ ਨਾਲ ਕੰਸਲਟ ਕਰਕੇ ਜਿਹੜਾ ਹੈ ਤੁਸੀਂ ਆਪਣੀਆਂ ਬਿਮਾਰੀਆਂ ਤੋਂ ਜਿਹੜਾ ਹੈ ਨਿਰੋਗ ਮੁਕਤ ਹੋ ਸਕਦੇ ਹੋ ਤੇ ਆਓ ਅਸੀਂ ਗੱਲਾਂ-ਗੱਲਾਂ ਦੇ ਵਿੱਚ ਅੱਗੇ ਵਧਦੇ ਹਾਂ ਤੇ ਮੈਂ ਗੱਲਾਂ-ਗੱਲਾਂ ਵਿੱਚ ਹਮੇਸ਼ਾ ਹੀ ਜਿਹੜਾ ਆ ਭੁੱਲ ਜਾਣਾ ਕਿ ਮੇਰੇ ਨਾਲ ਇੱਥੇ ਜਿਹੜੇ ਮੇਰੇ ਸਾਥੀ ਰੂਹੀ ਗਰੋਵਰ ਜੀ ਮੇਰੇ ਨਾਲ ਹੁੰਦੇ ਨੇ ਤੇ ਉਹਨਾਂ ਦੇ ਨਾਲ ਅਸੀਂ ਅੱਗੇ ਪ੍ਰੋਗਰਾਮ ਵਧ ਕੇ ਜਿਹੜਾ ਹੈ ਇਤਿਹਾਸ ਦੀ ਸਾਂਝ ਪਾਵਾਂਗੇ ਹਾਂਜੀ ਜੀ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਗਗਨਦੀਪ ਜੀ ਅਸੀਂ ਨੈਕਸਟ ਸੈਗਮੈਂਟ ਵੱਲ ਵਧਦੇ ਹਾਂ ਜੋ ਇਤਿਹਾਸ ਦਾ ਤੇ ਇਤਿਹਾਸ ਵਿੱਚ ਅੱਜ ਕੀ ਲੈ ਕੇ ਆਏ ਆ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਨੰਦੇੜ ਦੀ ਧਰਤੀ ਤੇ ਜਿਹੜਾ ਆ 52 ਹੁਕਮ ਬਖਸ਼ੇ ਸੀਗੇ ਤੇ ਉਹਨਾਂ 52 ਹੁਕਮਾਂ ਦੇ ਵਿੱਚੋਂ ਇੱਕ ਇਹ ਸੀਗਾ ਕਿ ਰੂਹੀ ਜੀ ਵੀ ਅਸੀਂ ਜਿਹੜਾ ਆ ਹਰ ਇੱਕ ਧਰਮ ਦਾ ਅਧਿਆਨ ਕਰਨਾ ਆ ਉਸ ਧਰਮ ਦੇ ਵਿੱਚ ਕੀ ਆ ਠੀਕ ਹੈ ਨਾ ਤੇ ਜਿਹੜਾ ਆ ਨਿਸ਼ਚਾ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਰੱਖਣਾ ਆ ਤੇ ਇਸੇ ਦੇ ਮੱਦੇਨਜ਼ਰ ਜਾਂ ਇਸ ਨੂੰ ਹੀ ਜਿਹੜਾ ਆ ਅਸੀਂ ਅ ਇੱਕ ਆਪਣਾ ਜਿਹੜਾ ਆ ਹੁਕਮ ਮੰਨ ਕੇ ਅਸੀਂ ਅੱਗੇ ਚੱਲੀਏ ਤੇ ਜਿਹੜਾ ਆ ਅੱਜ ਦਾ ਇਤਿਹਾਸ ਅਸੀਂ ਇਸਲਾਮ ਧਰਮ ਦੇ ਬਾਰੇ ਜਿਹੜਾ ਆ ਕੁਝ ਕੁ ਚਲਕੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਅਸੀਂ ਇੱਥੇ ਇਸ ਧਰਮ ਦੇ ਬਾਰੇ ਜਿਹੜਾ ਆ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਕੋਈ ਵੀ ਪੁਸ਼ਟੀ ਨਹੀਂ ਕਰਦੇ ਕਿ ਇਹ ਬਿਲਕੁਲ ਜਿਹੜੀ ਆ ਜਾਣਕਾਰੀ ਪੱਕੀ ਆ ਕਿਉਂਕਿ ਹਰੇਕ ਦਾ ਆਪਣਾ ਆਪਣਾ ਮਤ ਹੈ ਹਰੇਕ ਦੀ ਆਪਣੀ ਆਪਣੀ ਸੋਚ ਹੈ ਜਿੱਦਾਂ ਸਾਡੇ ਪੰਥ ਵਿਦਵਾਨ ਅ ਕਈ ਨੇ ਤੇ ਉਹਨਾਂ ਦੀ ਜਿਹੜੀ ਆਪਣੀ ਆਪਣੀ ਸੋਚ ਦੇ ਮੁਤਾਬਿਕ ਜਿਹੜੇ ਆ ਸਿੱਖ ਇਤਿਹਾਸ ਵੀ ਲਿਖੇ ਨੇ ਪਰ ਉਹਨਾਂ ਦੇ ਵਿੱਚ ਜਿਹੜੇ ਥੋੜੇ ਥੋੜੇ ਜਿਹੜੇ ਆਪਸੀ ਮਤਭੇਦ ਵੀ ਚੱਲਦੇ ਰਹੇ ਇਸੇ ਤਰ੍ਹਾਂ ਜਿਹੜਾ ਆ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਆ ਇਸਲਾਮ ਧਰਮ ਦੇ ਬਾਰੇ ਜਿਹੜਾ ਆ ਜਾਂ ਇਸਲਾਮੀ ਧਰਮ ਦੇ ਵਿੱਚ ਕੀ ਕੀ ਹੁੰਦਾ ਆ ਉਹਨਾਂ ਨੂੰ ਜਿਹੜੀਆਂ ਕੀ ਕੀ ਹਦਾਇਤਾਂ ਨੇ ਜਿਵੇਂ ਸਿੱਖ ਧਰਮ ਦੇ ਵਿੱਚ ਨਿਤਨੇਮ ਦੀ ਦ੍ਰਿੜਤਾ ਆ ਤੇ ਆਪਣੇ ਬਾਣੀ ਨਾਲ ਜੁੜ ਕੇ ਰਹਿਣਾ ਆ ਪ੍ਰਮਾਤਮਾ ਨੂੰ ਯਾਦ ਕਰਨਾ ਆ ਉਹਨਾਂ ਦੇ ਧਰਮ ਦੇ ਵਿੱਚ ਕੀ ਆ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਆ ਇੱਕ ਝਾਤ ਮਾਰਾਂਗੇ ਤਾਂ ਕਿ ਜਿਹੜਾ ਆ ਅਸੀਂ ਵੀ ਜਾਣ ਸਕੀਏ ਕਿ ਹੋਰ ਧਰਮਾਂ ਦੇ ਵਿੱਚ ਕੀ ਆ ਤੇ ਸਾਡਾ ਜਿਹੜਾ ਸਿੱਖ ਕੌਮ ਹੈ ਸਾਡਾ ਸਿੱਖ ਧਰਮ ਹੈ ਉਹ ਕੀ ਜਿਹੜਾ ਆ ਵੱਖ ਕਿਵੇਂ ਆ ਜੀ ਤੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਇਹ ਵੀ ਜਿਹੜੇ ਸਾਡੇ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਤੇ ਇੱਕ ਬੇਨਤੀ ਵੀ ਕਰਨਾ ਚਾਹਾਂਗਾ ਕਿਉਂਕਿ ਜਿਹੜਾ ਸਾਡਾ ਇਹ ਪ੍ਰੋਗਰਾਮ ਲਿਆਉਣ ਦਾ ਮਕਸਦ ਇਹੀ ਹੈ ਕਿ ਅਸੀਂ ਕਿਸੇ ਨੂੰ ਨੀਚਾ ਜਾਂ ਕਿਸੇ ਨੂੰ ਆਪਣੇ ਆਪ ਤੋਂ ਜਿਹੜਾ ਆ ਨੀਵਾ ਨਹੀਂ ਦਿਖਾਉਣਾ ਚਾਹੁੰਦੇ ਕਿ ਜਿਹੜਾ ਆ ਵੀ ਸਾਡਾ ਧਰਮ ਉੱਚਾ ਆ ਜਾਂ ਸਾਡਾ ਧਰਮ ਵੱਡਾ ਆ ਜਾਂ ਸਾਡਾ ਧਰਮ ਜਿਹੜਾ ਆ ਪੂਰਨ ਜਿਹੜਾ ਆ ਪੂਰਨ ਤੌਰ ਤੇ ਪੂਰਾਇਆ ਸਿਰਫ ਇੱਕ ਇਹ ਹੈ ਕਿ ਅਸੀਂ ਹਰ ਇੱਕ ਦੀ ਗੱਲ ਸੁਣਨੀ ਹੈ ਤੇ ਹਰ ਇੱਕ ਨੂੰ ਗੱਲ ਕਹਿਣੀ ਵੀ ਹੈ ਇਸੇ ਪ੍ਰੋਗਰਾਮ ਦੇ ਆਧਾਰਿਤ ਜਿਹੜਾ ਹੈ ਅੱਜ ਅਸੀਂ ਇਸਲਾਮ ਧਰਮ ਤੇ ਗੱਲਬਾਤ ਕਰਾਂਗੇ ਤੇ ਕੁਝ ਕੁ ਜਿਹੜੇ ਨੇ ਉਹਨਾਂ ਦੇ ਜਿਹੜੇ ਨੇ ਧਰਮ ਦੇ ਉੱਤੇ ਜਿਹੜੀ ਆ ਅਸੀਂ ਨਿਗਾਹ ਮਾਰਾਂਗੇ ਜੀ ਹਾਂਜੀ ਜੀ ਇਸਲਾਮ ਅਰਬੀ ਪਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਅੱਲਾ ਦਾ ਬੰਦਾ ਰੱਬ ਦੀ ਰਜ਼ਾ ਵਿੱਚ ਰਹਿਣਾ ਬੁਰਾਈ ਨੂੰ ਛੱਡ ਕੇ ਅੱਛਾਈ ਤੇ ਚੱਲਣ ਦਾ ਨਾਮ ਇਸਲਾਮ ਹੈ ਕੰਦੇ ਨੇ ਇਸਲਾਮ ਧਰਮ حضرت ਆਦਮ ਤੇ ਅਮਾ ਹਵਾ ਦੇ ਤਰਤੀ ਤੇ ਉਹ ਨਾਲ ਹੋਂਦ ਵਿੱਚ ਆਇਆ ਸੀ حضرت ਆਦਮ ਇਸਲਾਮ ਦੇ ਪਹਿਲੇ ਤੇ حضرت ਮੁਹੰਮਦ ਆਖਰੀ ਪੈਗੰਬਰ કહલાਏ ਜੀ ਮੁਸਲਮਾਨਾ ਅਤੇ ਉਹਨਾਂ ਦੇ ਧਰਮ ਨੇ ਪੁਰਾਣੇ ਵਿਸ਼ਵ ਦੇ ਖਾਸ ਕਰਕੇ ਜਿਹੜਾ ਹੈ ਇਸ ਦੇ ਜਨਮ ਸਥਾਨ ਮੱਧ ਪੂਰਬ ਦੇ ਰਾਜਨੀਤਿਕ ਆਰਥਿਕ ਤੇ ਫੌਜੀ ਇਤਿਹਾਸ ਨੂੰ ਜਿਹੜਾ ਬਹੁਤ ਪ੍ਰਭਾਵਿਤ ਕੀਤਾ ਹੈ ਭਾਵੇਂ ਗੈਰ ਮੁਸਲਮਾਨ ਲੋਕਾਂ ਦਾ ਵਿਸ਼ਵਾਸ ਸੀ ਕਿ ਇਸ ਦਾ ਜਨਮ ਜਿਹੜਾ ਮੱਕਾ ਤੇ ਮਦੀਨਾ ਵਿੱਚ ਹੋਇਆ ਪਰ ਮੁਸਲਮਾਨ ਇਸਲਾਮ ਧਰਮ ਨੂੰ ਨਬੀ ਆਦਮ ਜਿਹੜਾ ਆ ਉਸ ਵੇਲੇ ਤੋਂ ਜਿਹੜਾ ਆ ਮੌਜੂਦ ਮੰਨਦੇ ਨੇ ਇਸਲਾਮ ਧਰਮ ਦੇ ਅਨਿਆਈ ਤੇ ਕਾਰਕੁਨ ਜਿਹੜੇ ਮੁਸਲਮਾਨ ਸ਼ਬਦ ਦਾ ਪ੍ਰਯੋਗ ਹਜ਼ਰਤ ਇਬਰਾਹਿਮ ਲਈ ਕੀਤਾ ਗਿਆ ਹੈ ਲਗਭਗ 4000 ਸਾਲ ਪਹਿਲਾਂ ਇੱਕ ਮਹਾਨ ਪੈਗੰਬਰ ਹੋਏ ਸਨ ਜੀ ਮੁਸਲਮਾਨਾਂ ਦਾ ਵਿਸ਼ਵਾਸ ਹੈ ਕਿ ਨੂ موسی ਯਿਸੂ ਤੇ ਹੋਰ ਸਾਰੇ ਨਬੀ ਸਾਰੇ ਇਸਲਾਮੀ ਨਬੀ ਸਨ ਜਿਨ੍ਹਾਂ ਨੇ ਜਿਨ੍ਹਾਂ ਨੂੰ ਕੁਰਾਨ ਵਿੱਚ ਬਰਾਬਰ ਸਨਮਾਨ ਮਿਲਿਆ ਹੈ ਇਸਲਾਮ ਧਰਮ ਦੀ ਨੀਂਹ ਮੁਹੰਮਦ ਸਾਹਿਬ ਨੇ 7ਵੀਂ ਸਦੀ ਦੇ ਮੁੱਢਲੇ ਸਾਲਾਂ ਵਿੱਚ ਰੱਖੀ ਸੀ। ਇਸਲਾਮ ਧਰਮ ਅੱਲਾਹ ਦੇ ਵੱਲੋਂ ਅੰਤਿਮ ਰਸੂਲ ਨਬੀ ਮੁਹੰਮਦ ਦੁਆਰਾ ਇਸਨਾ ਜਿਹੜੀ ਆ ਇਸਾਨਾ ਤੱਕ ਪਹੁੰਚਾਈ ਗਈ ਸੀ ਤੇ ਅੰਤਿਮ ਰੱਬੀ ਕਿਤਾਬ ਕੁਰਾਨ ਦੀ ਸਿੱਖਿਆ ਉੱਤੇ ਸਥਾਪਿਤ ਹੈ। ਦੁਨਿਆਵੀ ਤੌਰ ਤੇ ਅਤੇ ਧਾਰਮਿਕ ਤੌਰ ਤੇ ਇਸਲਾਮ ਦਾ ਆਗਾਜ਼ 1610 ਤੋਂ 1632 ਤੱਕ 610 ਤੋਂ ਹਾਂ ਸੌਰੀ 610 ਤੋਂ 632 تک تقریبا ਜਿਹੜਾ ਆ 23 ਬਰਸ ਦੇ ਅਰਸੇ ਵਿੱਚ ਆਖਰੀ ਨਬੀ حضرت ਮੁਹੰਮਦ ਸੱਲੀ ਅਲਾ ਅਲਿਆਵਾ ਅਲਾ ਵਸਲਮ ਪਰ ਜਿਹੜਾ ਆ ਇਹ ਨਾਜ਼ਿਲ ਇਲਹਾਮ ਕੁਰਾਨ ਨਾਲ ਹੁੰਦਾ ਆ ਜੀ ਤੇ ਕੁਰਾਨ ਅਰਬੀ ਭਾਸ਼ਾ ਵਿੱਚ ਜਿਹੜਾ ਆ ਨਾਜ਼ਿਲ ਹੋਇਆ ਤੇ ਉਸੇ ਭਾਸ਼ਾ ਵਿੱਚ ਦੁਨੀਆ ਦੀ ਜਿਹੜੀ ਆ ਕੁੱਲ ਆਬਾਦੀ 24% ਹਿੱਸਾ ਯਾਨੀ ਲਗਭਗ 106 ਤੋਂ 108 ਕਰੋੜ ਜਿਹੜੇ ਲੋਕ ਨੇ ਇਸ ਨੂੰ ਪੜ੍ਹਦੇ ਨੇ ਇਹਨਾਂ ਵਿੱਚ ਲਗਭਗ 20 ਤੋਂ 30 ਕਰੋੜ ਹੀ ਹਨ ਜਿਨ੍ਹਾਂ ਦੀ ਮਾਤ ਭਾਸ਼ਾ ਅਰਬੀ ਹੈ ਜਦੋਂ ਕਿ 70 ਤੋਂ 80 ਕਰੋੜ ਗੈਰ ਅਰਬ ਜਾਂ ਜਿਹੜੇ ਨੇ ਇਜ਼ਮੀ ਹਨ ਜਿਨ੍ਹਾਂ ਦੀ ਮਾਤ ਭਾਸ਼ਾ ਅਰਬੀ ਦੇ ਸਿਵਾ ਹੋਰ ਕੋਈ ਨਹੀਂ ਹੈ ਜੀ ਮੁਸਲਮਾਨ ਇੱਕ ਹੀ ਈਸ਼ਵਰ ਨੂੰ ਮੰਨਦੇ ਹਨ ਜਿਸ ਨੂੰ ਉਹ ਅੱਲਾਹ ਜਾਂ ਖੁਦਾ ਕਹਿੰਦੇ ਹਨ ਇਕੇਸ਼ਵਰਵਾਦ ਨੂੰ ਅਰਬੀ ਵਿੱਚ ਤੌਹੀਦ ਕਹਿੰਦੇ ਹਨ ਜੋ ਸ਼ਬਦ ਵਾਹਿਦ ਤੋਂ ਆਉਂਦਾ ਹੈ ਜਿਸ ਦਾ ਮਤਲਬ ਹੈ ਇੱਕ ਮੁਸਲਮਾਨਤ ਦੇ ਅਨੁਸਾਰ ਈਸ਼ਵਰ ਅਦਵਿਤੀ ਹੈ ਉਸ ਦੇ ਵਰਗਾ ਹੋਰ ਕੋਈ ਨਹੀਂ ਇਸਲਾਮ ਵਿੱਚ ਰੱਬ ਦੀ ਇੱਕ ਵੀ ਲਖਣ ਅਵਤਾਰਨਾ ਉਤੇ ਜ਼ੋਰ ਦਿੱਤਾ ਗਿਆ ਹੈ ਇਹ ਵੀ ਮੰਨਿਆ ਜਾਂਦਾ ਹੈ ਕਿ ਉਸ ਦੀ ਪੂਰੀ ਕਲਪਨਾ ਮਨੁੱਖ ਦੇ ਬਸ ਵਿੱਚ ਨਹੀਂ ਹੈ ਜੀ ਈਸ਼ਵਰ ਇਕ ਹੈ ਤੇ ਅਨੁਪਮ ਹੈ ਈਸ਼ਵਰ ਸਨਾਤਨ ਹੈ ਹਮੇਸ਼ਾ ਤੋਂ ਹਮੇਸ਼ਾ ਤੱਕ ਜੀਣ ਵਾਲਾ ਹੈ ਉਸ ਦੀ ਕੋਈ ਸੰਤਾਨ ਨਹੀਂ ਹੈ ਉਹ ਆਪ ਹੀ ਕਿਸੇ ਦੀ ਔਲਾਦ ਹੈ ਅਤੇ ਉਸ ਵਰਗਾ ਕੋਈ ਨਹੀਂ ਹੈ ਤੇ ਨਾ ਕੋਈ ਹੋਵੇਗਾ। ਕੁਰਾਨ ਸੂਰਤ 112 ਜਿਹੜੀ ਆਇਤਾਂ ਲਿਖੀਆਂ ਗਈਆਂ ਨੇ ਉਹਨਾਂ ਦੇ ਵਿੱਚੋਂ ਪਹਿਲੀ ਤੇ ਚੌਥੀ ਆਇਤ ਦੇ ਵਿੱਚ ਕੁਝ ਇਸ ਤਰ੍ਹਾਂ ਦਾ ਜਿਹੜਾ ਲਿਖਿਆ ਹੋਇਆ ਹੈ। ਜੀ ਇਹ ਧਰਮ ਦੇ ਕਰੋੜਾਂ ਲੋਕ ਏਸ਼ੀਆ, ਅਫਰੀਕਾ ਦੀ ਯੂਰਪ ਤੇ ਕਈ ਦੇਸ਼ਾਂ ਵਿੱਚ ਵਸਦੇ ਹਨ। ਇਹ ਲੋਕ ਆਪਣੇ ਰਸੂਲ ਮੁਹੰਮਦ ਸਾਹਿਬ ਦੀ ਪੂਜਾ ਨਹੀਂ ਕਰਦੇ ਬਲਕਿ ਉਹਨਾਂ ਨੂੰ ਪਰਮਾਤਮਾ ਦਾ ਰਸੂਲ ਮੰਨਦੇ ਹਨ। ਮੁਸਲਮਾਨਾਂ ਦੇ 73 ਫਿਰਕੇ ਹਨ। ਸਭ ਤੋਂ ਵੱਡਾ ਸੁੰਨੀ ਤੇ ਬਾਕੀ ਸ਼ੀਆ ਹਨ। 72 ਫਿਰਕੇ ਦੇ 6 ਗਿਰੋਹ ਹਨ। ਹਾਫਜ਼ੀਆ ਖਾਰਜੀਆਂ ਜਬਰੀਆਂ ਕਦਰੀਆਂ ਜਹੀ ਮੀਆਂ ਮਰਜ਼ੀਆਂ ਅੱਗੋ ਹਰ ਇੱਕ ਗਿਰੋ ਵਿੱਚ 12-12 ਫਿਰਕੇ ਹਨ ਕੁਰਾਨ ਇਹਨਾਂ ਦਾ ਇੱਕ ਗ੍ਰੰਥ ਹੈ ਸੂਰਤ ﺍﻟबकर ਵਿੱਚ ਲਿਖਿਆ ਹੈ ਕਿ ਕੁਰਾਨ ਨਿਰਸੰਦੇਹ ਦੀਨਦਾਰਾਂ ਨੂੰ ਰਾਹ ਵਿਖਾਉਣ ਵਾਲਾ ਮਹਾਗ੍ਰੰਥ ਹੈ ਇਹ ਰੱਬੀ ਬਾਣੀ ਹੈ ਤੇ ਇਸ ਦਾ ਨਿਰਣਾ اٹਲ ਹੈ ਮੁਹੰਮਦ ਸਾਹਿਬ ਇਹਨਾਂ ਨੂੰ ਆਖਰੀ ਨਬੀ ਮੰਨਦੇ ਹਨ ਉਹਨਾਂ ਅਨੁਸਾਰ ਉਹਨਾਂ ਨੂੰ ਰੱਬ ਨੇ ਪੈਗੰਬਰ ਚੁਣਿਆ ਤੇ ਇਨਸਾਨ ਦੀ ਰਹਿਨੁਮਾਈ ਲਈ ਕੱਲਿਆ ਉਹ ਰੱਬ ਦੇ ਰਸੂਲ ਹਨ ਇਸਲਾਮ ਦੇ ਅਨੁਸਾਰ ਰੱਬ ਨੇ ਧਰਤੀ ਤੇ ਮਨੁੱਖ ਦੇ ਮਾਰਗਦਰਸ਼ਨ ਲਈ ਸਮੇਂ-ਸਮੇਂ ਤੇ ਕਿਸੇ ਵਿਅਕਤੀ ਵਿਸ਼ੇਸ਼ ਨੂੰ ਆਪਣਾ ਦੂਤ ਬਣਾਇਆ। ਇਹ ਦੂਤ ਵੀ ਮਨੁੱਖ ਜਾਤੀ ਵਿੱਚੋਂ ਹੀ ਹੁੰਦੇ ਹਨ ਤੇ ਲੋਕਾਂ ਨੂੰ ਰੱਬ ਦੇ ਵੱਲ ਬੁਲਾਉਂਦੇ ਸਨ। ਇਹ ਆਦਮੀਆਂ ਨੂੰ ਇਸਲਾਮ ਵਿੱਚ ਨਬੀ ਕਹਿੰਦੇ ਹਨ। ਜਿਨ੍ਹਾਂ ਨਬੀਆਂ ਨੂੰ ਰੱਬ ਨੇ ਆਪ ਸ਼ਾਸਤਰ ਜਾਂ ਧਰਮ ਪੁਸਤਕਾਂ ਪ੍ਰਦਾਨ ਕੀਤੀਆਂ ਉਹਨਾਂ ਨੂੰ ਰਸੂਲ ਕਹਿੰਦੇ ਹਨ। ਜੀ। ਜਿਵੇਂ ਕਿ ਹਰੇਕ ਧਰਮ ਦੇ ਕੁਝ ਬੁਨਿਆਦੀ ਸਿਧਾਂਤ ਹੁੰਦੇ ਨੇ ਤੇ ਸਿੱਖ ਸਿਧਾਂਤ ਵਿਨਾਂ ਸਿੱਖਾਂ ਦੇ ਵਿੱਚ ਵੀ ਕੁਝ ਨਿਯਮ ਨੇ ਸਿੱਖਾਂ ਦੇ ਵਿੱਚ ਵੀ ਕੁਝ ਜਿਹੜੀਆਂ ਨੇ ਨੀਮਾਂ ਦੀ ਪਾਲਣਾ ਕੀਤੀ ਜਾਂਦੀ ਹੈ ਉਸੇ ਤਰ੍ਹਾਂ ਇਸਲਾਮ ਧਰਮ ਦੇ ਵਿੱਚ ਵੀ ਕੁਝ ਬੁਨਿਆਦੀ ਸਿਧਾਂਤ ਹੁੰਦੇ ਨੇ ਉਸੇ ਤਰ੍ਹਾਂ ਇਸ ਜਿਹੜਾ ਆ ਇਸ ਤਰ੍ਹਾਂ ਇਸਲਾਮ ਧਰਮ ਦੀ ਜਿਹੜੀ ਆ ਇਮਾਰਤ ਵੀ ਪੰਜ ਥੰਮਾਂ ਤੇ ਸਥਿਤ ਹੈ ਹਰੇਕ ਥੰਮ ਦੀ ਆਪਣੀ ਆਪਣੀ ਥਾਂ ਆ ਇਹ ਸਿਧਾਂਤ ਨਿਯਮ ਰੋਹਾਨੀਅਤ ਦੇ ਸਫ਼ਰ ਨੂੰ ਸਾਰਥਕ ਅਤੇ ਸੁਖਾਲਾ ਬਣਾਉਣ ਲਈ ਰਾਹ ਦਸੇਰੇ ਦਾ ਕੰਮ ਕਰਦੀ ਹੈ ਜੇਕਰ ਪੰਜਾਂ ਵਿੱਚੋਂ ਕਿਸੇ ਇੱਕ ਥੰਮ ਵਿੱਚ ਕਮਜ਼ੋਰੀ ਆ ਜਾਵੇ ਤਾਂ ਉਹੀ ਥੰਮ ਜਿਹੜਾ ਆ ਖਤਰੇ ਦਾ ਕਾਰਨ ਬਣ ਸਕਦਾ ਹੈ ਜੀ ਹਰੇਕ ਸੁੱਚੇ ਸੁੱਚੇ ਮੁਸਲਮਾਨ ਦੀ ਜਿਹੜੀ ਆ ਜ਼ਿੰਦਗੀ ਦਾ ਅਨਿਖੜਵਾ ਅੰਗ ਬਣੇ ਰਹਿਣ ਵਾਲੇ ਇਹ ਥੰਮ ਅਸੂਲ ਜਾਂ ਜਿਹੜੇ ਆ ਸਿਧਾਂਤ ਨੇ ਇਹ ਜ਼ਰੂਰੀ ਨੇ ਜੀ ਤੋਹੀਦ ਦੀ ਮਾਨ ਦੀ ਗੱਲ ਕਰੀ ਤੋਹੀਦ ਇਸਲਾਮ ਦੀ ਬੁਨਿਆਦ ਤੇ ਦਰਵਾਜ਼ਾ ਹੈ ਤੋਹੀਦ ਦਾ ਅਰਥ ਹੈ ਕਿ ਅੱਲਾ ਇੱਕ ਹੈ ਤੇ ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ ਹਜ਼ਰਤ ਮੁਹੰਮਦ ਸਾਹਿਬ ਅੱਲਾ ਦੇ ਰਸੂਲ ਹਨ ਇਸ ਦੇ ਨਾਲ ਹੀ ਹਰੇਕ ਮੁਸਲਮਾਨ ਲਈ ਅੱਲਾ ਫਰਿਸ਼ਤਿਆ ਰਸੂਲ ਤੇ ਕੁਰਾਨ ਉੱਪਰ ਈਮਾਨ ਲਿਆਉਣਾ ਲਾਜ਼ਮੀ ਹੈ ਜੀ ਜੇ ਅਸੀਂ ਨਮਾਜ਼ ਦੀ ਗੱਲ ਕਰੀਏ ਸਿੱਖ ਕੌਮ ਦੇ ਵਿੱਚ ਸਿੱਖ ਪੰਥ ਦੇ ਵਿੱਚ ਜਿਹੜਾ ਆ ਪੰਜ ਜਿਹੜਾ ਆ ਜਿਹੜੇ ਨੇ ਨਿਤਨੇਮ ਦੇ ਵਿੱਚ ਜਿਹੜੀਆਂ ਪੰਜ ਬਾਣੀਆਂ ਐਡ ਕੀਤੀਆਂ ਗਈਆਂ ਨੇ ਜਿਵੇਂ ਅਸੀਂ ਗੱਲ ਕਰੀਏ ਕਿ ਸਭ ਤੋਂ ਪਹਿਲਾਂ ਆ ਜਪ ਤੇ ਸਤਕਾਰ ਵਜੋਂ ਜਿਹੜਾ ਅਸੀਂ ਉਹਦੇ ਨਾਲ ਜੀ ਲਾਉਨੇ ਆ ਤੇ ਉਸ ਤੋਂ ਬਾਅਦ ਜਾਪ ਫਿਰ ਉਸ ਤੋਂ ਬਾਅਦ ਸਵਈਏ ਤੇ ਉਸ ਤੋਂ ਬਾਅਦ ਚੌਪਾਈ ਤੇ ਉਸ ਤੋਂ ਬਾਅਦ ਜਿਹੜਾ ਆ ਅਸੀਂ ਜਿਹੜੀ ਅਨੰਦ ਸਾਹਿਬ ਦਾ ਪਾਠ ਕਰਦੇ ਆ ਉਸੇ ਤਰ੍ਹਾਂ ਵੀ ਜਿਹੜਾ ਆ ਇੱਕ ਮੁਸਲਮਾਨ ਨੂੰ ਜਿਹੜਾ ਆ ਉਹ ਪੰਜ ਨਿਵਾਜ਼ਾਂ ਜਿਹੜੀਆਂ ਨੇ ਉਹ ਬਖਸ਼ੀਆਂ ਹੋਈਆਂ ਨੇ ਤੇ ਉਸ ਹੀ ਨਿਵਾਜ਼ ਦਾ ਜਿਹੜਾ ਆ ਅਸੀਂ ਜ਼ਿਕਰ ਕਰਨਾ ਚਾਹੁੰਦੇ ਆ ਕਿ ਉਹ ਕਿਸ ਤਰ੍ਹਾਂ ਹੁੰਦੀ ਆ ਜਾਂ ਉਸ ਦੇ ਪਿੱਛੇ ਕੀ ਕਾਰਨ ਹੈ ਜਾਂ ਉਸ ਦੇ ਪਿੱਛੇ ਜਿਹੜਾ ਆ ਅਰਜ਼ ਕਰਨ ਦਾ ਮਤਲਬ ਕੀ ਆ ਅਰਬੀ ਜਿਹੜੀ ਆ ਜ਼ੁਬਾਨ ਵਿੱਚ ਸਲਾਤ ਕਿਹਾ ਜਾਂਦਾ ਹੈ ਜਿਹੜੀ ਨਵਾਜ਼ ਹੈ ਉਸ ਨੂੰ ਅਰਬੀ ਜ਼ੁਬਾਨ ਦੇ ਵਿੱਚ ਸਲਾਤ ਕਿਹਾ ਜਾਂਦਾ ਹੈ ਸਲਾਤ ਤੋਂ ਭਾਵ ਹੈ ਝੁਕਣਾ ਨਿਮਰਤਾ ਦੇ ਨਾਲ ਤੇ ਨਮਾਜ਼ ਇੱਕ ਖਾਸ ਇਬਾਦਤ ਹੈ ਪਰਮਾਤਮਾ ਦੀ ਉਸਤਤ ਹੈ ਪਰਮਾਤਮਾ ਦੀ ਜਿਹੜੀ ਆ ਅਸੀਂ ਕਹਿ ਸਕਦੇ ਹਾਂ ਕਿ ਸਿਰਫ ਸਲਾਹ ਕਰਨ ਨੂੰ ਜਿਹੜੀ ਆ ਉਹ ਨਮਾਜ਼ ਕਿਹਾ ਜਾਂਦਾ ਹੈ ਜਿਸ ਤਰ੍ਹਾਂ ਸਿੱਖ ਕੌਮ ਦੇ ਵਿੱਚ ਵੀ ਜਿਹੜਾ ਆ ਅਸੀਂ ਪਰਮਾਤਮਾ ਨੂੰ ਯਾਦ ਕਰਦੇ ਹਾਂ ਰੁਹੀ ਜੀ ਇੱਕ ਗੱਲ ਮੈਂ ਤੁਹਾਡਾ ਨਾਲ ਇੱਥੇ ਸਾਂਝੀ ਕਰਨਾ ਚਾਹੁੰਦਾ ਆ ਕਿ ਅਸੀਂ ਕਿਸੇ ਵੀ ਧਰਮ ਦੀ ਗੱਲ ਕਰੀਏ ਚਾਹੇ ਹਿੰਦੂ ਮੱਤ ਦੀ ਗੱਲ ਕਰੀਏ ਚਾਹੇ ਇਸਲਾਮ ਦੀ ਜਿਹੜੇ ਵੱਡੇ ਧਰਮ ਮੰਨੇ ਜਾਂਦੇ ਨੇ ਚਾਹੇ ਅਸੀਂ ਇਸਾਈ ਦੀ ਗੱਲ ਕਰੀਏ ਚਾਹੇ ਅਸੀਂ ਸਿੱਖ ਦੀ ਪਰਮਾਤਮਾ ਦੇ ਨਾਮ ਅਲੱਗ-ਅਲੱਗ ਹੋ ਸਕਦੇ ਨੇ ਪਰ ਪਰਮਾਤਮਾ ਇੱਕ ਹੀ ਆ ਉਸ ਨੂੰ ਧਿਆਉਣ ਦਾ ਤਰੀਕਾ ਅਲੱਗ ਹੋ ਸਕਦਾ ਆ ਉਸ ਨੂੰ ਜਪਣ ਦਾ ਲੱਗ ਜਿਹੜਾ ਤਰੀਕਾ ਹੋ ਸਕਦਾ ਆ ਜਾਂ ਅਸੀਂ ਇਹ ਕਹਿ ਸਕਦੇ ਆ ਕਿ ਉਸ ਨੂੰ ਜਿਹੜਾ ਆ ਇਨਸਾਨ ਦਾ ਮੈਂ ਇਹ ਨਹੀਂ ਕਹਿੰਦਾ ਕਿ ਪਰਮਾਤਮਾ ਨੇ ਜਿਹੜਾ ਆ ਇਹ ਜਿਹੜੀ ਆ ਸਮੱਤ ਬਖਸ਼ੀ ਆ ਉਹਦੇ ਤੌਰ ਤੇ ਜੇ ਇਨਸਾਨ ਆਪਣੇ ਦਿਮਾਗੀ ਤੌਰ ਤੇ ਜੇ ਪਰਮਾਤਮਾ ਨੂੰ ਦੇਖੇ ਉਹਦੇ ਦੇਖਣ ਦਾ ਨਜ਼ਰੀਆ ਇਹ ਹੋ ਸਕਦਾ ਕਿ ਜਿਹੜਾ ਅੱਲਾ ਅਲੱਗ ਹੈ ਜਿਹੜਾ ਵਾਹਿਗੁਰੂੋਂ ਅਲੱਗ ਹੈ ਤੇ ਜਿਹੜਾ ਆ ਹ ਹਿੰਦੂ ਧਰਮ ਦੇ ਮੁਤਾਬਿਕ ਜਿਹੜਾ ਆ ਉਹ ਪ੍ਰਮਾਤਮਾ ਅਲੱਗ ਹੈ ਪ੍ਰਮਾਤਮਾ ਇੱਕ ਹੀ ਹੈ ਇਸੇ ਕਰਕੇ ਉਸ ਨੂੰ ਜਿਹੜਾ ਆ ਸਮੇਂ-ਸਮੇਂ ਤੇ ਜਿਹੜਾ ਆ ਅਲੱਗ-ਅਲੱਗ ਨਾਮ ਤੋਂ ਜਿਹੜਾ ਆ ਉਹ ਬੁਲਾਇਆ ਗਿਆ ਜਿਵੇਂ ਅਸੀਂ ਗੱਲ ਕਰੀਏ ਕਿ ਜੇ ਕੋਈ ਪੁੱਛੇ ਕਿ ਪ੍ਰਮਾਤਮਾ ਦਾ ਅਸਲ ਨਾਮ ਵਿੱਚ ਕੀ ਆ ਤੇ ਅਸੀਂ ਕਹਿ ਦਿੰਨੇ ਆ ਕਿ ਜਿਹੜਾ ਸਾਸੀਤਾ ਵਾਹਿਗੁਰੂ ਬੁਲਾਉਂਦੇ ਆ ਤੇ ਜੇ ਅਸੀਂ ਹਿੰਦੂ ਮਾਤ ਦੀ ਗੱਲ ਕਰੀਏ ਤੇ ਉਹ ਜਿਹੜੇ ਵੱਡੇ ਦੇਵ ਵੀ ਦੇਤੇ ਨੇ ਜਿਵੇਂ ਅਸੀਂ ਬ੍ਰਹਮਾ ਜੀ ਦੀ ਗੱਲ ਕਰੀਏ ਜਾਂ ਵਿਸ਼ਨੂੰ ਦੀ ਗੱਲ ਕਰੀਏ ਜਾਂ ਅਸੀਂ ਆ ਰਾਮ ਜੀ ਦੀ ਗੱਲ ਕਰੀਏ ਤੇ ਮਤਲਬ ਏਦਾਂ ਜਿਹੜੇ ਆ ਉਹ ਪ੍ਰਮਾਤਮਾ ਨੂੰ ਮੰਨਦੇ ਨੇ ਪਰ ਜਿਹੜਾ ਅਕਾਲ ਪੁਰਖ ਹੈ ਜਿਨੇ ਸਾਰੀ ਸ੍ਰਿਸ਼ਟੀ ਦੀ ਸਜਨਾ ਕੀਤੀ ਆ ਉਹ ਵਾਹਿਗੁਰੂ ਜਿਹੜਾ ਆ ਆਪ ਹਾਜ਼ਰ-ਨਾਜ਼ਰ ਆ ਤੇ ਹਰ ਇੱਕ ਬੰਦੇ ਦੇ ਵਿੱਚ ਜਿਹੜਾ ਆ ਉਹ ਹਾਜ਼ਰ ਆ ਉਹਦਾ ਨਾਮ ਕੋਈ ਨਹੀਂ ਐ ਉਦੇ ਭਗਤਾਂ ਵੱਲੋਂ ਪਿਆਰ ਸਤਿਕਾਰ ਦੇ ਨਾਲ ਜਿਸ ਤਰ੍ਹਾਂ ਉਹਦਾ ਨਾਮ ਕੋਈ ਵੀ ਲਿਆ ਆ ਉਹ ਉਸੇ ਰੂਪ ਦੇ ਵਿੱਚ ਜਿਹੜਾ ਆ ਉਹ ਹਾਜ਼ਰ ਹੋਇਆ ਇਸੇ ਲਈ ਜਿਹੜਾ ਜਦੋਂ ਉਸ ਨੂੰ ਯਾਦ ਕੀਤਾ ਜਾਂਦਾ ਪਰਮਾਤਮਾ ਦੀ ਉਸਤਤ ਕਰਕੇ ਤਾਂ ਉਹ ਹਾਜ਼ਰ ਜ਼ਰੂਰ ਹੁੰਦਾ ਆ ਤੇ ਉਹੀ ਜਿਹੜਾ ਆ ਯਾਦ ਕਰਨ ਦੇ ਤਰੀਕੇ ਨੂੰ ਅਸੀਂ ਬੰਦਗੀ ਕਹਿ ਦਿੰਦੇ ਆ ਅਸੀਂ ਨਵਾਜ਼ ਕਹਿ ਦਿੰਦੇ ਆ ਅਸੀਂ ਜਿਹੜਾ ਆ ਹੋਰ ਵੀ ਇਹ ਨੇ ਕਈ ਨਾਵਾਂ ਤੋਂ ਜਿਹੜਾ ਆ ਅ ਉਸ ਨੂੰ ਜਿਹੜਾ ਆ ਯਾਦ ਕਰਦੇ ਆ ਤੇ ਜਿਹੜਾ ਆ ਇਸਲਾਮਾਤ ਦੇ ਵਿੱਚ ਜਿਹੜਾ ਆ ਨਮਾਜ਼ ਉਸ ਨੂੰ ਯਾਦ ਕਰਨਾ ਹੋ ਸਕੇ ਚੁਕਣਾ ਕਿਉਂਕਿ ਅਸੀਂ ਜਦੋਂ ਯਾਦ ਕਰਦੇ ਹਾਂ ਕਿਸੇ ਨੂੰ ਮਿਲਣ ਦੀ ਤੜਪਣਾ ਰੱਖਦੇ ਹਾਂ ਤਾਂ ਅਸੀਂ ਕਦੀ ਵੀ ਜਿਹੜਾ ਆਕੜ ਕੇ ਜਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਆਪਣੇ ਜ਼ੋਰ ਦੇ ਨਾਲ ਨਹੀਂ ਹੈ ਸਾਨੂੰ ਹਮੇਸ਼ਾ ਜਿਹੜਾ ਆ ਨਿਮਾਣਾ ਹੋਣਾ ਹੀ ਪੈਂਦਾ ਆ ਜੀ ਇਸੇ ਕਰਕੇ ਜਿਹੜਾ ਆ ਨਿਵਾਜ਼ ਦਾ ਅਰਥ ਝੁਕਣਾ ਹੋ ਸਕਦਾ ਆ ਤੇ ਨਿਵਾਜ਼ ਜਿਹੜੀ ਆ ਇੱਕ ਖਾਸ ਇਬਾਦਤ ਵੀ ਆ ਜਿਸ ਤਰ੍ਹਾਂ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਇਸ ਲਈ ਜਿਹੜਾ ਆ ਨਿਵਾਜ਼ ਦਾ ਇਸਲਾਮ ਵਿੱਚ ਇੰਨਾ ਵੱਡਾ ਦਰਜਾ ਆ ਕਿ ਜਿਵੇਂ ਸਰੀਰ ਦੇ ਵਿੱਚ ਜਿਹੜਾ ਆ ਸਿਰ ਦਾ ਹਰੇਕ ਮੁਸਲਮਾਨ ਲਈ ਦਿਨ ਵਿੱਚ ਨਿਰਧਾਰਤ ਕੀਤੇ ਗਏ ਵਕ ਵਕ ਸਮਿਆਂ ਤੇ ਪੰਜ ਨਵਾਜ਼ਾਂ ਯਾਨੀ ਫਜ਼ਰ ਜ਼ੁਹਰ ਅਸਰ ਤੇ ਮਗਰਬ ਤੇ ਇਸ਼ਾ ਕਾਬੇ ਵੱਲੋਂ ਮੂੰਹ ਕਰਕੇ ਜਿਹੜੀਆਂ ਪੜ੍ਹਨੀਆਂ ਜਿਹੜੀਆਂ ਜ਼ਰੂਰੀ ਨੇ ਇਹ ਪੰਜ ਨਵਾਜ਼ਾਂ ਜਿਹੜੀਆਂ ਨੇ ਉਹ ਦਸੀਆਂ ਨੇ ਤੇ ਕੁਰਾਨ ਸ਼ਰੀਫ ਵਿੱਚ ਸਭ ਤੋਂ ਜ਼ਿਆਦਾ ਨਵਾਜ਼ ਬਾਰੇ ਜਿਹੜਾ ਆ ਉਹ ਹੁਕਮ ਆਇਆ ਆ ਜੀ ਗੱਲ ਕਰੀ ਰੋਜ਼ਾ ਦੀ ਇਸਲਾਮ ਵਿੱਚ ਤੌਹੀਦ ਤੇ ਨਮਾਜ਼ ਤੋਂ ਬਾਅਦ ਰੋਜ਼ੇ ਦਾ ਰੁਤਬਾ ਹੈ 12 ਮਹੀਨਿਆਂ ਵਿੱਚੋਂ ਰਮਜ਼ਾਨ ਦੇ ਮਹੀਨੇ ਨੂੰ ਪਵਿੱਤਰ ਮਹੀਨਾ ਸਵੀਕਾਰਿਆ ਜਾਂਦਾ ਹੈ ਇਸ ਮਹੀਨੇ ਪੋ ਫੁਟਾਲੇ ਤੋਂ ਲੈ ਕੇ ਸੂਰਜ ਚੇਪਨ ਤੱਕ ਕੁਝ ਵੀ ਨਾ ਖਾਣ ਪੀਣ ਤੇ ਅਸ਼ਲੀਲ ਹਰਕਤਾਂ ਤੋਂ ਬਚਣ ਦਾ ਨਾਮ ਰੋਜ਼ਾ ਹੈ ਰੋਜ਼ਾ ਵੀ ਨਮਾਜ਼ ਦੀ ਤਰ੍ਹਾਂ ਹਰੇਕ ਬਾਲਿਗ ਮੁਸਲਮਾਨ ਮਰਦ ਔਰਤ ਲਈ ਜ਼ਰੂਰੀ ਹੈ ਰੋਜ਼ਾ ਸਿਰਫ ਭੁੱਖੇ ਰਹਿ ਕੇ ਸਰੀਰ ਨੂੰ ਕਸ਼ਟ ਦੇਣਾ ਹੀ ਨਹੀਂ ਸਗੋਂ ਮਨ ਦੀ ਸ਼ੁੱਧਤਾ ਵੀ ਹੈ ਜਿਵੇਂ ਅੱਖਾਂ ਦਾ ਰੋਜ਼ਾ ਕਿਸੇ ਨੂੰ ਗਲਤ ਨਿਗਾਹ ਨਾਲ ਨਹੀਂ ਵੇਖਣਾ ਕੰਨਾਂ ਦਾ ਰੋਜ਼ਾ ਕਿਸੇ ਦੀ ਚੁਗਲੀ ਨਹੀਂ ਸੁਣਨੀ ਜ਼ੁਬਾਨ ਦਾ ਰੋਜ਼ਾ ਕਿਸੇ ਦੀ ਬੁਰਾਈ ਨਹੀਂ ਕਰਨੀ ਹੱਥਾਂ ਦਾ ਰੋਜ਼ਾ ਨਾਪ ਤੋਲ ਪੂਰਾ ਕਰਨਾ ਆਦਤ ਜੀ ਰੋਹਿਤ ਜੀ ਮੈਂ ਇੱਥੇ ਗੱਲ ਕਰਨੀ ਚਾਹੁੰਦਾ ਵਾ ਜਿਵੇਂ ਅਸੀਂ ਸਿੱਖ ਪੰਥ ਦੇ ਵਿੱਚ ਸਵੇਰੇ ਅਸੀਂ ਨਿਤਨੇਮ ਕਰਦੇ ਆ ਜਿਹਦੇ ਵਿੱਚ ਗੁਰਬਾਣੀ ਜਿਹੜੀ ਆਨੰਦ ਸਾਹਿਬ ਦੀ ਅਸੀਂ ਸਵੇਰ ਦੀ ਗੱਲ ਕਰੀ ਐ ਆਨੰਦ ਸਾਹਿਬ ਜਿਹੜਾ ਪੜਿਆ ਜਾਂਦਾ ਉਸ ਦੇ ਵਿੱਚ ਵੀ ਜਿਹੜਾ ਆ ਆਪਣੀਆਂ ਗਿਆਨ ਇੰਦਰੀਆਂ ਨੂੰ ਜਿਹੜਾ ਆ ਹਦਾਇਤ ਕੀਤੀ ਜਾਂਦੀ ਆ ਐ ਸਰੀਰਾ ਮੇਰਿਆ ਠੀਕ ਹੈ ਨਾ ਜਗ ਮੈਂ ਆਇਆ ਕਿ ਆਤ ਤੂੰ ਕਰਮ ਕਮਾਇਆ ਕਿ ਕਰਮ ਕਮਾਇਆ ਤੂੰ ਦੁਸਰੀ ਰਾ ਜਾਂ ਤੂੰ ਜਗ ਮੈਂ ਆਇਆ ਵੀ ਸਰੀਰ ਤੋਂ ਜਿਹੜਾ ਆ ਮਨ ਪੁੱਛਦਾ ਆ ਜਾਂ ਜਿਹੜੀ ਆ ਗੁਰਬਾਣੀ ਪੁੱਛਦੀ ਆ ਕਿ ਜੇ ਇਹ ਸਰੀਰ ਜਿਹੜਾ ਤੈਨੂੰ ਬਖਸ਼ਿਆ ਆ ਪ੍ਰਮਾਤਮਾ ਨੇ ਤਾਂ ਜਿਹੜਾ ਆ ਤੂੰ ਉਹਦੇ ਲਈ ਉਸਤਿਤ ਕੀਤੀ ਕਿਉਂ ਨਹੀਂ ਉੱਠ ਕੇ ਤੂੰ ਕਿਉਂ ਜਿਹੜਾ ਆ ਪ੍ਰਮਾਤਮਾ ਨੂੰ ਵਿਚਾਰ ਦਿੱਤਾ ਆ ਉਸੇ ਤਰ੍ਹਾਂ ਜਿਹੜਾ ਇਸਲਾਮ ਧਰਮ ਦੇ ਵਿੱਚ ਵੀ ਜਿਹੜਾ ਆ ਅੱਖਾਂ ਦੀ ਜਿਹੜਾ ਰੋਜ਼ਾ ਰੱਖਿਆ ਜਾਂਦਾ ਆ ਕੰਨਾਂ ਦਾ ਰੋਜ਼ਾ ਰੱਖਿਆ ਜਾਂਦਾ ਆ ਤੇ ਹਾਂਜੀ ਜ਼ੁਬਾਨ ਦਾ ਆ ਤੇ ਗੁਰਬਾਣੀ ਵਿੱਚ ਵੀ ਸੇਮ ਹੀ ਉਸੇ ਤਰ੍ਹਾਂ ਦਾ ਆ ਇਹ ਰਸਨਾ ਤੂੰ ਅੰਦਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਕਿਉਂਕਿ ਜਿਹੜੀ ਰਸਨਾ ਆ ਰਸਨਾ ਰੂਹੀ ਜੀਬ ਨੂੰ ਕਹਿੰਦੇ ਨੇ ਤੇ ਜਿਹੜੀ ਆ ਗੁਰਬਾਣੀ ਦੇ ਵਿੱਚ ਇਸੇ ਤਰ੍ਹਾਂ ਜਿਹੜਾ ਆ ਮੇਲਜੋਲ ਜਿਹੜਾ ਆ ਖਾਂਦਾ ਆ ਤੇ ਉਸੇ ਤਰ੍ਹਾਂ ਜੇ ਅਸੀਂ ਗੱਲ ਕਰੀਏ ਕਿ ਜਿਹੜਾ ਆ ਪਹਿਲਾਂ ਵੀ ਮੈਂ ਤੁਹਾਨੂੰ ਰੂਹੀ ਜੀ ਦੱਸਿਆ ਕਿ ਪਰਮਾਤਮਾ ਦਾ ਜਿਹੜਾ ਸਿਧਾਂਤ ਹੈ ਉਹ ਸਾਰਿਆਂ ਤੇ ਇੱਕ ਸਾਰ ਲਾਗੂ ਹੁੰਦਾ ਆ ਇਹ ਨਹੀਂ ਹੈਗਾ ਕਿ ਜਿਹੜਾ ਆ ਜੇ ਕੋਈ ਛੋਟਾ ਬੰਦਾ ਆ ਉਹਦੇ ਤੇ ਅਲੱਗ ਹੋਵੇ ਵੱਡਾ ਬੰਦਾ ਆ ਉਹਦੇ ਤੇ ਅਲੱਗ ਰੂਲ ਹੋਣ ਤੇ ਜਿਹੜਾ ਆ ਕੋਈ ਸੈਂਟਰ ਵਾਲਾ ਹੋਵੇ ਤੇ ਉਹਦੇ ਤੇ ਅਲੱਗ ਰੂਲ ਨੇ ਪਰਮਾਤਮਾ ਦਾ ਜਿਹੜਾ ਰੂਲ ਹੈ ਉਹ ਆ ਜਿਹੜਾ ਆ ਉਹ ਸਾਰਿਆਂ ਲਈ ਏਕ ਹੈ ਤੇ ਉਹਦੇ ਵਾਸਤੇ ਜੋ ਜੋ ਦੀ سزا ਬਣਦੀ ਆ ਜਾ ਜਾ ਉਹਦੀਆਂ ਜਿਹੜੀਆਂ ਜੇ ਉਹ ਦਾਤਾਂ ਮੰਗਦਾ ਤਾਂ ਉਹਨੂੰ ਦਾਤਾਂ ਵੀ ਜਿਹੜੀਆਂ ਨੇ ਵਾਦੀ ਮਿਲਦੀਆਂ ਨੇ ਜੀ ਤੇ ਰੋਹੀ ਜੀ ਇੱਕ ਗੱਲ ਹੋਰ ਮੈਂ ਤੁਹਾਨੂੰ ਇੱਥੇ ਕਹਿਣੀ ਚਾਹਾਂਗਾ ਇੱਕ ਦਿਨ ਮੈਂ ਬੈਠਾ ਸੋਚਦਾ ਸੀ ਇਹ ਗੱਲ ਸੋਚਦਾ ਸੀ ਕਿ ਵੀ ਜਿਹੜਾ ਪਰਮਾਤਮਾ ਦਾ ਜਿਹੜਾ ਰੂਲ ਹੈ ਪਰਮਾਤਮਾ ਦਾ ਜਿਹੜਾ ਆ ਸੰਵਿਧਾਨ ਹੈ ਪਰਮਾਤਮਾ ਦਾ ਜਿਹੜਾ ਕਾਨੂੰਨ ਹੈ ਉਹ ਸਾਡੇ ਜਨਮ ਦੇ ਹੁੰਦੇ ਹੀ ਜਿਹੜਾ ਆ ਉਹ ਲਾਗੂ ਹੁੰਦਾ ਆ ਜੀ ਤੇ ਸਾਡੇ ਮਰਹਨ ਤੋਂ ਬਾਅਦ ਵੀ ਉਹ ਲਾਗੂ ਰਹਿੰਦਾ ਆ ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਜਦੋਂ ਅਸੀਂ ਮਰ ਜਾਂਦੇ ਆਂ ਤਾਂ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆਂ ਕੋਈ ਇਨਸਾਨ ਜਿਹੜਾ ਦੇਹੀ ਛੱਡ ਜਾਂਦਾ ਆ ਤੇ ਅਸੀਂ ਅਰਦਾਸ ਕਰਦੇ ਆਂ ਉਹਦੇ ਅੱਗੇ ਕਿ ਉਹਨੂੰ ਆਪਣੇ ਚਰਨਾ ਕਮਲਾਂ ਦੇ ਵਿੱਚ ਨਿਵਾਸ ਬਖਸ਼ਣਾ ਜੀ ਸਿੱਧਾ ਹੀ ਬੰਦਾ ਰੱਬ ਕੋ ਜਾਂਦਾ ਹੁੰਦਾ ਤੇ ਸਾਨੂੰ ਇੰਨੀ ਗੱਲ ਕਹਿਣ ਸੀ ਜ਼ਰੂਰੀ ਨਹੀਂ ਸੀ ਕਿਉਂਕਿ ਉਹਨਾਂ ਦੇ ਕੇ ਦੁਆਵਾਂ ਕੀਤੀਆਂ ਜਾਂਦੀਆਂ ਨੇ ਕਿ ਪ੍ਰਮਾਤਮਾ ਉਹਨੂੰ ਆਪਣੀ ਚਰਨਾਂ ਦੇ ਵਿੱਚ ਜਿਹੜਾ ਨਿਵਾਸ ਬਖਸ਼ਣਾ ਆਪਣੇ ਚਰਨਾਂ ਦੇ ਕੋਲ ਰੱਖਣਾ ਆਪਣੀ ਚਰਨਾਂ ਦੀ ਪ੍ਰੀਤੀ ਬਖਸ਼ਣਾ ਇਸੇ ਤਰ੍ਹਾਂ ਦੀਆਂ ਜਿਹੜੀਆਂ ਅਸੀਂ ਅਰਦਾਸਾਂ ਜਿਹੜੀਆਂ ਅਸੀਂ ਕਰਦੇ ਨੇ ਪ੍ਰਮਾਤਮਾ ਦਾ ਅਕਾਲ ਪੁਰਖ ਦਾ ਵਾਹਿਗੁਰੂ ਦਾ ਚਾਹੇ ਉਹ ਲਾਇਆ ਚਾਹੇ ਉਹ ਰਾਮ ਹੈ ਚਾਹੇ ਉਹ ਕੋਈ ਵੀ ਮਤ ਚੋਨੇ ਉਹ ਜਿਹੜਾ ਸਿਧਾਂਤ ਹੈ ਉਹ ਮਰਨ ਤੋਂ ਪਹਿਲਾਂ ਤੇ ਮਰਨ ਤੋਂ ਬਾਅਦ ਵੀ ਜਿਹੜਾ ਆ ਉਹ ਲਾਗੂ ਹੁੰਦਾ ਆ ਤੇ ਇਸੇ ਕਰਕੇ ਜਿਹੜਾ ਆ ਮੈਂ ਇਹੀ ਸਮਝਦਾ ਆ ਕਿ ਜਿਹੜਾ ਬੰਦੇ ਨੇ ਧਰਤੀ ਤੇ ਆ ਕੇ ਆਪਣੇ ਲੱਗ ਲੱਗ ਜਿਹੜੇ ਆ ਅ ਅਧਿਆਨ ਦੇ ਜ਼ਰੀਏ ਸੁਣਨ ਦੇ ਜ਼ਰੀਏ ਜਪਣ ਦੇ ਜ਼ਰੀਏ ਤੇ ਜਿਹੜਾ ਆ ਅ ਉਹਦੀ ਉਸਤਤ ਕਰਨ ਦੇ ਜ਼ਰੀਏ ਲੱਗ ਲੱਗ ਤਰੀਕੇ ਦੇ ਬਣਾਏ ਹੋਣਗੇ ਪਰ ਜਿਹੜਾ ਪ੍ਰਮਾਤਮਾ ਆ ਅਕਾਲ ਪੁਰਖ ਆ ਉਹ ਇੱਕੋ ਹੀ ਆ ਤੇ ਗੁਰਬਾਣੀ ਵੀ ਜਿਹੜੀ ਆ ਇਸ ਦੀ ਹੋਂਦ ਨੂੰ ਜਿਹੜਾ ਆ ਉਹ ਇੱਕੋ ਹੀ ਦੱਸਦੀ ਆ ਤੇ ਅਸੀਂ ਜੇ ਜਗਤ ਦੀ ਗੱਲ ਕਰੀਏ ਤਾਂ ਜਗਤ ਦੇ ਅਰਥ ਜਿਹੜੇ ਨੇ ਉਹ ਕੁਝ ਇਸ ਤਰ੍ਹਾਂ ਦੇ ਨੇ ਜੀ ਜਿਸ ਤਰ੍ਹਾਂ ਅਸੀਂ ਜਿਹੜਾ ਆ ਸਿੱਖ ਪੰਥ ਦੇ ਵਿੱਚ ਦਸਵੰਦ ਕੱਢਣ ਦੀ ਗੱਲ ਕਰਦੇ ਆ ਹੂੰ ਜ਼ਕਾਤ ਦੇ ਅਰਥ ਹਨ দান ਦੇਣਾ ਭਾਵ ਜ਼ਰੂਰਤਮੰਦਾਂ ਦੀ ਜਿਹੜੀ ਆ ਉਹ ਸੇਵਾ ਕਰਨੀ ਜ਼ਕਾਤ ਇਸਲਾਮ ਦਾ ਉਹ ਵਿਸ਼ੇਸ਼ ਨਿਯਮ ਸਿਧਾਂਤ ਹੈ ਜਿਸ ਨਾਲ ਮਾਇਆ ਨਾਲੋਂ ਜਿਹੜਾ ਆ ਮੋਹ ਘਟਦਾ ਆ ਅਤੇ ਦੂਜਿਆਂ ਪ੍ਰਤੀ ਜਿਹੜੀ ਆ ਹਮਦਰਦੀ ਦੀ ਭਾਵਨਾ ਪੈਦਾ ਹੁੰਦੀ ਹੈ ਜ਼ਕਾਤ ਦਾ ਮਤਲਬ ਇਹ ਹੈ ਕਿ ਜਿਸ ਮੁਸਲਮਾਨ ਕੋਲ 7.5 ਟੋਲੇ ਸੋਨਾ ਜਾਂ ਸਾਢੇ ਜਿਹੜਾ ਆ 55 52 ਜਿਹੜਾ ਟੋਲੇ ਤੇ ਜਿਹੜਾ ਆ ਚਾਂਦੀ ਦੇ ਜਿਹੜਾ ਇਸ ਦੇ ਬਰਾਬਰ ਹੋਣ ਯਾਨੀ ਕਿ ਜਿਹੜਾ ਅਮੀਰ ਜ਼ਿਆਦਾ ਖੋਵੇ ਅਸੀਂ ਇਹ ਕਹਿ ਸਕਦੇ ਹਾਂ ਜਿਸ ਦੇ ਕੋਲ ਜ਼ਿਆਦਾ ਧਨ ਦੌਲਤ ਹੋਵੇ ਉਹ ਜਿਹੜਾ ਆ ਦੂਸਰਿਆਂ ਦੀ ਮਦਦ ਕਰਨ ਦੇ ਕਾਬਿਲ ਹੋਵੇ ਅਸੀਂ ਇਹ ਕਹਿ ਸਕਦੇ ਹਾਂ ਕੀਮਤ ਦਾ ਕਾਰੋਬਾਰ ਦਾ ਜਿਹੜਾ ਮਾਲ ਹੋਵੇ ਉਸ ਲਈ ਜ਼ਰੂਰੀ ਹੁੰਦਾ ਹੈ ਕਿ ਉਹ ਪ੍ਰਚਲਿਤ ਕੀਮਤ ਉਹਦਾ 2.5 ਪਰਸੈਂਟ ਜਿਹੜਾ ਆ ਹਿੱਸਾ ਗਰੀਬਾਂ ਤੇ ਜਿਹੜਾ ਆ ਮਸਕੀਨਾ ਤੇ ਅਨਾਥਾਂ ਨੂੰ ਜਿਹੜਾ ਹੈ ਜ਼ਕਾਤ ਦੇਵੇ ਤੇ ਕੁਰਾਨ ਜਿਹੜਾ ਆ ਮਸਜਿਦ ਵਿੱਚ ਥਾਂ ਥਾਂ ਅਕੀ ਜਿਹੜਾ ਆ ਮੁਸੱਲਾਤ ਵਾ ਅਤਾ ਅਜ਼ਕਾਤ ਭਾਵ ਜਿਹੜਾ ਨਮਾਜ਼ ਕਾਇਮ ਕਰੋ ਤੇ ਅੱਥੇ ਜ਼ਕਾਤ ਅਦਾ ਕਰੋ ਦਾ ਜਿਹੜਾ ਆ ਇਹ ਜ਼ਿਕਰ ਆਉਂਦਾ ਆ ਤੇ ਜਿਸ ਤਰ੍ਹਾਂ ਅਸੀਂ ਜਿਹੜਾ ਆ ਸਿੱਖ ਪੰਥ ਦੇ ਵਿੱਚ ਰੂਹੀ ਵੀ ਰੂਹੀ ਜੀ ਇਹ ਜਿਹੜਾ ਆ ਇੱਕ ਹਦਾਇਤ ਕੀਤੀ ਜਾਂਦੀ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ 52 ਹੁਕਮ ਦੇ ਵਿੱਚ ਵੀ ਸਾਨੂੰ ਜਿਹੜਾ ਇਹ ਫਰਮਾਨ ਕੀਤਾ ਸੀਗਾ ਕਿ ਜਿਹੜਾ ਆ ਦਸਵੰਤ ਜ਼ਰੂਰ ਕੱਢਨੀ ਆ ਜੇ ਕੋਈ ਬੰਦਾ ਆਪਣੀ ਕਿਰਤ ਕਰਦਾ ਆ ਤੇ ਉਹਦਾ ਕਿਰਤ ਦਾ ਜਿਹੜਾ ਆ ਦਸਵਾਂ ਹਿੱਸਾ ਆ ਉਹ ਗੁਰੂ ਘਰ ਜਾਂ ਮਤਲਬ ਉਹਨਾਂ ਲੋੜਵੰਦਾਂ ਦੇ ਜਾਂ ਉਹਨਾਂ ਪਰਿਵਾਰਾਂ ਦੇ ਵਿੱਚ ਜਿਹੜਾ ਆ ਉਹ ਦਾਨ ਕਰੇ ਜਿਨ੍ਹਾਂ ਨੂੰ ਉਹਨਾਂ ਦੀ ਖਾਸ ਜ਼ਰੂਰਤ ਹੈ ਇਹ ਨਹੀਂ ਹੈ ਕਿ ਤੁਸੀਂ ਇਸ ਦੇ ਨਾਲ ਜਿਹੜਾ ਲੱਗਦਾ ਮਿਲਦਾ ਜੁਲਦਾ ਜਾਂ ਉਸ ਬੰਦੇ ਨੂੰ ਆਪਣਾ ਜਿਹੜਾ ਦਸਵਾਂ ਹਿੱਸਾ ਜਾਂ ਮਤਲਬ ਉੱਥੇ ਦਾਨ ਕਰੋ ਜਿੱਥੇ ਤੁਹਾਡਾ ਨਾਮ ਉੱਭਰ ਕੇ ਆਵੇ ਜਾਂ ਮਤਲਬ ਤੁਹਾਨੂੰ ਤੁਹਾਡੀ ਜਿਹੜੇ ਆ ਲੋਕ ਪ੍ਰਸ਼ੰਸਾ ਕਰਨ ਇਦਾਂ ਦਾ ਨਹੀਂ ਕਿਰਤ ਦੀ ਜਿਹੜੀ ਆ ਤੁਹਾਡੀ ਉਹਦਾ ਜਿਹੜਾ ਦਸਵਾਂ ਹਿੱਸਾ ਆ ਉਹ ਤੁਸੀਂ ਜਿਹੜਾ ਆ ਗੁਰੂ ਘਰ ਦੇ ਵਿੱਚ ਤੁਸੀਂ ਦਾਨ ਕਰ ਸਕਦੇ ਹੋ ਜਾਂ ਜਿਹੜੀਆਂ ਲੋੜਵੰਦ ਜ਼ਰੂਰਤਾਂ ਨੂੰ ਜਿਨ੍ਹਾਂ ਨੂੰ ਹੁੰਦੀ ਆ ਜਾਂ ਜ਼ਰੂਰਤਮੰਦ ਲੋਕ ਹੁੰਦੇ ਨੇ ਉਹਨਾਂ ਨੂੰ ਵੀ ਜਿਹੜਾ ਆ ਤੁਸੀਂ ਆਪਣਾ ਜਿਹੜਾ 10ਵਾਂ ਹਿੱਸਾ ਕਿਰਤ ਦਾ ਉਹ ਦਾਨ ਕਰ ਸਕਦੇ ਹੋ ਕਿਉਂਕਿ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਆ ਇਹ ਫਰਮਾਨ ਹੈ ਤੇ ਹੁਕਮ ਵੀ ਆ ਸਾਨੂੰ ਹੁਕਮ ਉਹ ਹੁੰਦਾ ਆ ਜਿਹੜਾ ਸਾਨੂੰ ਮੰਨਣਾ ਹੀ ਪੈਂਦਾ ਹੁੰਦਾ ਆ ਤੇ ਬੇਨਤੀ ਉਹ ਹੁੰਦੀ ਆ ਉਸ ਨੂੰ ਅਸੀਂ ਥੋੜਾ ਜਿਹੜਾ ਆ ਟਾਲਮਟੋਲ ਵੀ ਕਰ ਸਕਦੇ ਆ ਇਸੇ ਕਰਕੇ ਜਿਹੜਾ ਆ ਹੁਕਮ ਸਾਨੂੰ ਸਿਰ ਮੱਥੇ ਮੰਨਣਾ ਹੀ ਪੈਂਦਾ ਆ ਜੀ ਤੇ ਹੁਣ ਗੱਲ ਕਰੀ ਅੱਜ ਦੀ ਇਸਲਾਮ ਦਾ ਪੰਜਵਾਂ ਤੇ ਆਖਰੀ ਥੰਮ ਹੱਜ ਹੈ ਹੱਜ ਅਰਬੀ ਪਾਸ਼ਾ ਦਾ ਸ਼ਬਦ ਹੈ ਜਿਸ ਤੋਂ ਭਾਵ ਨਿਸ਼ਚਿਤ ਦਿਨਾਂ ਵਿੱਚ ਨਿਰਧਾਰਿਤ ਨਿਯਮ ਅਨੁਸਾਰ ਆਪਣੇ ਮਾਲਕ ਦੇ ਹਕੀਕੀ ਦੇ ਦਰਬਾਰ ਮੱਕਾ ਤੇ ਮਦੀਨਾ ਵਿੱਚ ਹਾਜ਼ਰ ਹੋ ਕੇ ਇਬਾਦਤਾਂ ਦੁਆਵਾਂ ਤੇ ਕਾਬੇ ਦਾ ਤਵਾਫ ਯਾਨੀ ਕਿ ਪ੍ਰਕਰਮਾ ਕਰਨਾ ਹੱਜ ਰੱਬੀ ਇਸ਼ਕ ਤੇ ਸੱਚੀ ਮੁਹੱਬਤ ਦੀ ਨਿਸ਼ਾਨੀ ਹੈ ਕਿ ਆ ਜਾਣਦੇ ਕਿ ਫਰਿਸ਼ਤਿਆਂ ਨੂੰ ਹੁਕਮ ਹੋਇਆ ਕਿ ਬੈਤੁਲ ਮਾਮੂਰ ਦੇ ਹੇਠਾਂ ਇਬਾਦਤ ਦੇ ਲਈ ਇੱਕ ਘਰ ਤਿਆਰ ਕਰੋ ਤਾਂ ਕਿ ਜ਼ਮੀਨੀ ਮਖਲੂਕ ਦੀ वि तवाफ करे इस तरह खाना काबा चार कोने अदाकारी यानी कि दी तामीर हुई काबा ओ चौरसकार है जिसके चारों कोनिया के ना हन रुकन ए यमानी जो यमन वाला है रुकन ए शामी जो सीरिया वाल है रुकन ए इराकी जो इराक वाल है मिजब ए रहमत जिदर खाना काबा का परनाला है डॉक्टर मुहमद इकबाल खाना काबा का जिक्र करद लिखते हैं कि दुनिया के बुतगदे में पहले वो घर खुदा का ਜੀ ਹਜ ਦਾ ਜਿਹੜਾ ਰੁਕਨ ਸਿਰਫ ਸਮਰਾਤ ਮੁਸਲਮਾਨਾ ਲਈ ਜੀਵਨ ਵਿੱਚ ਇੱਕ ਵਾਰੀ ਅਦਾ ਕਰਨਾ ਜ਼ਰੂਰੀ ਤੇ ਲਾਜ਼ਮੀ ਹੈ ਦੋ ਬਸਰਤੇ ਜੋ ਹੱਦ ਦੇ ਸਫਰ ਦਾ ਖਰਚ ਅਤੇ ਪਿਛਲੇ ਜਿਹੜਾ ਆ ਘਰ ਵਾਲਿਆਂ ਦੇ ਖਰਚੇ ਪ੍ਰਾਣੀ ਦਾ ਪ੍ਰਬੰਧ ਕਰ ਸਕਣ ਜੇਕਰ ਕੋਈ ਵਿਅਕਤੀ ਜਿਸਮਾਨੀ ਤੌਰ ਤੇ ਹਜ ਕਰਨ ਤੋਂ ਅਸਮਰਥ ہے پر وہ اس دے کول جڑا یا لوڑیندا ਧਨ ਹੈ تا وہ اس ਧਨ ਨਾਲ کسی بھی ਗਰੀਬ ਦਾ ਹਜਰ ਕਰਵਾ ਸਕਦਾ ਹੈ ਇਕੱਲੀਆਂ ਔਰਤਾਂ ਲਈ ਆਪਣੇ ਮਹਿਰਮ ਨਜ਼ਦੀਕੀ ਰਿਸ਼ਤੇਦਾਰ ਨਾਲ ਜਿਹੜਾ ਨਿਕਾਹ ਕਰਨਾ ਹਰਾਮ ਹੋਵੇਗਾ ਜਿਹੜਾ ਇਸ ਨੂੰ ਲੈ ਕੇ ਜਿਹੜਾ ਉਹ ਵੀ জানা ਜਿਹੜਾ ਜ਼ਰੂਰੀ ਹੁੰਦਾ ਹੈ ਹਜ ਵਿਪਿੰਦੇਸ਼ਾਂ ਦੇ ਮੁ슬ਮਾਨਾਂ ਵਿਚਕਾਰ ਆਪਸੀ ਸਾਂਝ ਦਾ ਪ੍ਰਭਾਵਸ਼ਾਲੀ ਵਸੀਲਾ ਹੈ اسلام ਅਨੁਸਾਰ ਹਜ 9 ਹਿਜਰੀ ਨੂੰ ਜਿਹੜਾ ਫਰਜ਼ ਹੋਇਆ ਮੁਸਲਮਾਨ ਜਿਹੜਾ ਆ ਜ਼ਿਲਹਿਜਾ ਅਰਬੀ ਕੈਲੰਡਰ ਦੇ 12ਵੇਂ ਮਹੀਨੇ ਨੂੰ ਮੱਕੇ ਸ਼ਹਿਰ ਵਿੱਚ ਜਾ ਕੇ ਹਜ ਦਾ ਫਜ਼ਰ ਅਦਾ ਕਰਦੇ ਹਨ ਛੋਟੇ ਹਜ ਨੂੰ ਉਮਰਾ ਕਿਹਾ ਜਾਂਦਾ ਹੈ ਉਮਰਾ ਸਾਲ ਵਿੱਚ ਕਿਸੇ ਵੀ ਮਹੀਨੇ ਅਦਾ ਕੀਤਾ ਜਾ ਸਕਦਾ ਹੈ ਪਰ ਇਹ ਹਜ ਦਾ ਬਦਲ ਨਹੀਂ ਹੈ ਜੀ ਹਾਜ ਕਰਨ ਸਮੇਂ ਹਾਜੀ ਆਪਣੇ ਜਿਸਮ ਦੇ ਉੱਪਰ ਲੇਟੇ ਹੇਠਲੇ ਪਾਗਰ ਨੂੰ ਟਕਣ ਲਈ ਦੋ ਚਾਦਰਾਂ ਦੀ ਵਰਤੋਂ ਕਰਦੇ ਹਨ ਇੱਕ ਤੋਤੀ ਵਾਂਗ ਗੱਠ ਦਿੱਤੇ ਬਗੈਰ ਪਹਿਨੀ ਜਾਂਦੀ ਹੈ ਤੇ ਦੂਜੀ ਚਾਦਰ ਨੂੰ ਸਿਰ ਸਮੇਤ ਉੱਪਰ ਲਿਆ ਜਾਂਦਾ ਹੈ ਜਿਸ ਨੂੰ ਅਹਰਾਮ ਕਿਹਾ ਜਾਂਦਾ ਹੈ ਹਜ ਸਮੇਂ ਹੇਠ ਲਿਖੀਆਂ ਗੱਲਾਂ ਦੀ ਮਨਾਹੀ ਹੈ ਸਿਲਿਆ ਹੋਇਆ ਕਪੜਾ ਔਰਤਾਂ ਲਈ ਸਿਰ ਤੇ ਚਿਹਰੇ ਦਾ ਨਾ ਟਕਣਾ ਔਰਤਾਂ ਸਿਰਫ ਮੂੰਹ ਨੰਗਾ ਰੱਖ ਸਕਦੀਆਂ ਹਨ ਖੁਸ਼ਬੂ ਦਾ ਇਸਤੇਮਾਲ ਕਰਨਾ ਖੁਸ਼ਕੀ ਵਾਲੇ ਜਾਨਵਰਾਂ ਦੇ ਸ਼ਿਕਾਰ ਕਰਨਾ ਪਤੀ ਪਤਨੀ ਵਾਲੇ ਸੰਬੰਧ ਕਰਨਾ ਜੀ ਇਸ ਤਰ੍ਹਾਂ ਦੀਆਂ ਜਿਹੜੀਆਂ ਹਦਾਇਤਾਂ ਨੇ ਉਹ ਹੱਜ ਸਮੇਂ ਦੇ ਵਿੱਚ ਜਿਹੜੀਆਂ ਨਾ ਉਹਨਾਂ ਤੋਂ ਵਰਜਿਤ ਕੀਤਾ ਗਿਆ ਆ ਅਹਰਾਮ ਪੈਣ ਤੋਂ ਪਹਿਲਾਂ ਜਾਂ ਪੈਣ ਤੋਂ ਬਾਅਦ ਜਿਹੜਾ ਅਹਰਾਮ ਪੈਣ ਤੋਂ ਬਾਅਦ ਜਿਹੜਾ ਆ ਮਰਦ ਉੱਚੀ ਤੇ ਔਰਤਾਂ ਜਿਹੜੀਆਂ ਧੀਮੀ ਆਵਾਜ਼ ਵਿੱਚ ਜਿਹੜੀ ਆ ਤਵਲੀਆ ਪੜਦੇ ਪੜਦੇ ਮੱਕਾ شریف ਵੱਲ ਜਾਂਦੇ ਨੇ ਮੱਕਾ شریف ਪਹੁੰਚ ਕੇ خانہ ਕਾਬਾ ਤੇ ਪਹਿਲੀ ਨਜ਼ਰ ਪੈਂਦਿਆਂ ਹੀ ਰੋ ਰੋ ਕੇ ਦੁਆਵਾਂ ਕੀਤੀਆਂ ਜਾਂਦੀਆਂ ਹਨ ਦੁਆ ਤੋਂ ਬਾਅਦ ਅੱਗੇ ਵੱਧ ਕੇ ਜਿਹੜਾ ਆ ਮੁਤਾਫ ਜਿੱਥੇ ਤਵਾਫ ਕੀਤਾ ਜਾਂਦਾ ਹੈ ਤੇ ਦਾਖਲ ਹੋਇਆ ਜਾਂਦਾ ਹੈ ਪਵਿੱਤਰ ਖਾਨਾ ਕਾਬਾ ਦੀ ਇੱਕ ਜਿਹੜੀ ਆ ਦੀਵਾਰ ਵਿੱਚ ਇੱਕ ਪੱਥਰ ਨੂੰ ਸਥਾਪਿਤ ਕੀਤਾ ਜਿਸ ਨੂੰ ਸੰਗੇ ਜਿਹੜਾ ਆ ਅ ਅਸਵਦ ਕਿਹਾ ਜਾਂਦਾ ਹੈ ਤੇ ਪੂਰਬ ਵੱਲ ਜਿਹੜਾ ਆ ਸੰਗੇ ਅਸਵਦ ਦਿਸ਼ੇ ਵਿੱਚ ਇੱਕ ਪੱਟੀ ਜਿਹੜੀ ਆ ਫਰਸ਼ ਤੇ ਬਣੀ ਹੋਈ ਹੈ ਆਦੀਆਂ ਵੱਲੋਂ ਇਸ ਪੱਟੀ ਤੇ ਜਿਹੜਾ ਆ ਖੜਾ ਕਰਕੇ ਖਾਨਾ ਕਾਬਾ ਦੇ ਸੱਤ ਚੱਕਰ ਦੀ ਨੀਅਤ ਕੀਤੀ ਜਾਂਦੀ ਐ ਜਿਸ ਨੂੰ ਜਿਹੜਾ ਆ ਰਮਲ ਆਖਦੇ ਨੇ ਇਸ ਪਿੱਛੋਂ ਜਿਹੜਾ ਆ ਬismillah Allahu Akbar ਕਹਿ ਕੇ ਜਿਹੜਾ ਤੀਸਰਾ ਕਲਮ ਪੜ੍ਹ ਕੇ ਤਵਾਫ ਸ਼ੁਰੂ ਕੀਤਾ ਜਾਂਦਾ ਹੈ ਭਾਵੇਂ ਤਵਾਫ ਸਾਰੇ ਧਰਮਾਂ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਕੀਤਾ ਜਾਂਦਾ ਹੈ ਪਰ ਇੱਥੇ ਪ੍ਰਕਰਮਾ ਯਾਨੀ ਤਵਾਫ ਕਰਦਿਆਂ ਦਿਲ ਵਾਲੀ ਸਾਈਡ ਅਰਥਾਤ ਖੱਬਾ ਪਾਸਾ ਖਾਨਾ ਕਾਬਾ ਵੱਲ ਰਹਿਣਾ ਜ਼ਰੂਰੀ ਹੈ ਮੁਸਲਮਾਨਾਂ ਨੂੰ ਹਜ ਵਾਲੇ ਜਿਹੜਾ ਆ ਦਿਨ ਮੱਕੇ ਦੇ 7 ਚੱਕਰ ਘਟਨੇ ਪੈਂਦੇ ਨੇ ਤੇ ਪਵਿੱਤਰ ਪੱਥਰ ਨੂੰ ਛੂਣ ਤੇ ਚੁੰਮਣਾ ਹੁੰਦਾ ਆ ਜਿਹੜਾ ਜੋ ਮੱਕੇ ਦੇ ਕਾਲੇ ਰੰਗ ਦੀ ਮਸਜਿਦ ਤੇ ਲੱਗਿਆ ਹੋਇਆ ਹੈ ਮੰਨਣਾ ਇਹ ਵੀ ਆ ਕਿ ਇਹ ਗੋਲ ਪੱਥਰ ਵੀ ਖੁਦਾ ਦੇ ਘਰੋਂ ਕੁਰਾਨ ਮਸਜਿਦ ਦੇ ਨਾਲ ਜਿਹੜਾ ਆਇਆ ਸੀ ਤੇ ਰੋਹੀ ਜੀ ਅਸੀਂ ਗੱਲ ਕਰੀ ਜੇ ਅਸੀਂ ਗੁਰੂ ਘਰ ਦੇ ਵਿੱਚ ਜਾਂਦੇ ਆ ਤੇ ਪ੍ਰਕਰਮਤਾ ਅਸੀਂ ਵੀ ਕਰਦੇ ਆ ਹਾਂ ਤੇ ਪ੍ਰਕਰਮਾਂ ਜਿਹੜੀ ਆ ਅਸੀਂ ਖੱਬੇ ਹੱਥ ਤੋਂ ਸ਼ੁਰੂ ਕਰਦੇ ਆਂ ਤੇ ਇਸ ਦਾ ਅਰਥ ਇਹੀ ਹੁੰਦਾ ਆ ਤੇ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਆ ਕਿ ਅਸੀਂ ਅਕਸਰ ਦੇਖਿਆ ਹੋਏਗਾ ਕਿ ਜਦੋਂ ਸਿੱਖ ਧਰਮ ਦੇ ਵਿੱਚ ਸ਼ਾਦੀ ਹੁੰਦੀ ਆ ਤੇ ਉਹਨਾਂ ਨੂੰ ਜਿਹੜਾ ਆ ਗੁਰੂ ਗ੍ਰੰਥ ਸਾਹਿਬ ਜੀ ਤੋਂ ਚਾਰ ਫਰਮਾਨ ਮਿਲਦੇ ਨੇ ਜਿਸ ਨੂੰ ਅਸੀਂ ਲਾਵਾ ਦਾ ਪਾਠ ਵੀ ਜਿਹੜਾ ਕਹਿੰਦੇ ਆ ਉਹ ਸਰਵਣ ਕਰਵਾਇਆ ਜਾਂਦਾ ਤੇ ਭਾਈ ਸਾਹਿਬ ਬੜੇ ਪ੍ਰੇਮ ਸਤਿਕਾਰ ਦੇ ਨਾਲ ਜਿਹੜਾ ਲਾਵਾ ਪੜਦੇ ਨੇ ਤੇ ਉਹਦੇ ਵਿੱਚ ਜਿਹੜਾ ਆ ਲੋਕੀ ਹੁੰਦੇ ਨੇ ਜਾਂ ਇੱਕ ਜਿਹੜਾ ਆ ਜੋੜੀ ਹੁੰਦੀ ਆ ਸੱਜੇ ਹੱਥ ਜਿਹੜਾ ਆ ਉਹ ਲੜਕਾ ਬੈਠਦਾ ਤੇ ਖੱਬੇ ਹੱਥ ਜਿਹੜੀ ਲੜਕੀ ਬੈਠਦੀ ਆ ਤੇ ਕਈ ਵਾਰੀ ਲੋਕੀ ਇਹ ਛਛੂ ਪੰਜ ਪਾਇ ਰਹੇ ਨੇ ਵੀ ਕਿੱਧਰ ਬੈਠਣਾ ਚਾਹੀਦਾ ਆ ਤੇ ਇਸੇ ਕਰਕੇ ਜਿਹੜਾ ਆ ਖੱਬੇ ਹੱਥ ਲੜਕੇ ਨੂੰ ਬਿਠਾਇਆ ਜਾਂਦਾ ਆ ਤੇ ਸੱਜੇ ਹੱਥ ਜਿਹੜਾ ਆ ਉਹ ਲੜਕੀ ਨੂੰ ਬਿਠਾਇਆ ਜਾਂਦਾ ਲੜਕੀ ਜਿਹੜੀ ਆ ਆਪਣੇ ਆਪ ਨੂੰ ਜਿਹੜਾ ਆ ਉਹ ਪਿੱਛੇ ਰੱਖ ਕੇ ਤੇ ਆਪਣੇ ਜਿਹੜੇ ਆ ਪਤੀ ਨੂੰ ਹੋਣ ਵਾਲੇ ਪਤੀ ਨੂੰ ਜਾਂ ਜਦੋਂ ਅਨੰਦਕਾਰਦ ਹੋ ਜਾਂਦੇ ਨੇ ਇਹੋ ਜੀ ਤੇ ਜਿਹੜਾ ਆ ਉਹ ਆਪਣੇ ਪਤੀ ਨੂੰ ਅੱਗੇ ਰੱਖ ਕੇ ਚੱਲਦੀ ਆ ਤਾਂ ਕਿ ਸੱਜੇ ਹੱਥ ਰੱਖ ਕੇ ਚੱਲਦੀ ਆ ਹਮੇਸ਼ਾ ਜਿਹੜਾ ਅਸੀਂ ਕੰਮ ਕਰਦੇ ਆ ਉਹ ਸੱਜੇ ਹੱਥ ਦੇ ਨਾਲ ਕਰਦੇ ਆ ਤੇ ਇਸੇ ਕਰਕੇ ਜਿਹੜੀ ਆ ਪ੍ਰਕਰਮਾ ਕੀਤੀ ਜਾਂਦੀ ਆ ਤੇ ਜਦੋਂ ਅਸੀਂ ਗੁਰੂ ਘਰ ਜਾਂਦੇ ਆ ਅਸੀਂ ਅਲੱਗ ਤੋਂ ਪ੍ਰਕਰਮਾ ਕਰਦੇ ਆ ਤਾਂ ਉਹਦਾ ਮਤਲਬ ਇਹੀ ਹੁੰਦਾ ਆ ਕਿ ਜਿਹੜਾ ਆ ਵੀ ਅਸੀਂ ਆਪਣੇ ਪਰਮਾਤਮਾ ਨੂੰ ਸੱਜੇ ਹੱਥ ਰੱਖ ਕੇ ਪਰਮਾਤਮਾ ਸਾਡੇ ਅੱਗੇ ਚੱਲਦਾ ਆ ਤੇ ਅਸੀਂ ਉਹਦੇ ਪਿੱਛੇ-ਪਿੱਛੇ ਚੱਲਦੇ ਆ ਜਿਹੜੀ ਇਹ ਪ੍ਰਕਰਮਾ ਗੁਰੂ ਘਰ ਦੇ ਵਿੱਚ ਇਸ ਤਰ੍ਹਾਂ ਕੀਤੀ ਜਾਂਦੀ ਆ ਕਈ ਪ੍ਰਕਰਮਾ ਤੇ ਕਈ ਸਵਾਲ ਵੀ ਉੱਠਦੇ ਨੇ ਤੇ ਜਿਹੜੇ ਨਿਹੰਗ ਸਿੰਘ ਹੁੰਦੇ ਨੇ ਦਾਲ ਪੰਥਾਂ ਦੇ ਵਿੱਚ ਨੇ ਉਹ ਕੀ ਕਰਦੇ ਨੇ ਉਹ ਪੁੱਠੀ ਪ੍ਰਕਰਮਾ ਕਰਦੇ ਨੇ ਤੇ ਇਹਦੇ ਵੀ ਜਿਹੜੀ ਆ ਜਾਣਕਾਰੀ ਮੈਂ ਤੁਹਾਨੂੰ ਇਸ ਪ੍ਰੋਗਰਾਮ ਦੇ ਵਿੱਚ ਦੇ ਦਵਾਂ ਉਹਨਾਂ ਦਾ ਮੰਨਣਾ ਆ ਕਿ ਜਿਹੜੀ ਸੰਗਤ ਪਰਮਾਤਮਾ ਦਾ ਜਿਹੜਾ ਆ ਨਾਮ ਜਪਦੀ ਹੋਈ ਪਰਮਾਤਮਾ ਦੀ ਜਿਹੜੀ ਉਸਤਤ ਕਰਦੀ ਹੋਈ ਪਰਮਾਤਮਾ ਦਾ ਜਿਹੜਾ ਗੁਣ ਗਾਣ ਕਰਦੀ ਹੋਈ ਸ਼ਬਦ ਦਾ ਤੁਰਕੀ ਬਾਣੀ ਆ ਇਹ ਤਿੰਨ ਸਗਲੀ ਚਿੰਤ ਮਿਟਾਈ ਤੇ ਜਾਬ ਕਰਦੀ ਹੋਈ ਜਿਹੜੀ ਸੰਗਤ ਸੱਜੇ ਹੱਥ ਤੋਂ ਮਾਫ ਕਰਨਾ ਕੱਬੇ ਹੱਥ ਤੋਂ ਪ੍ਰਕਰਮਾ ਕਰਦੀ ਹੋਈ ਆਉਂਦੀ ਆ ਤੇ ਨਿਹੰਗ ਸਿੰਘ ਜਿਹੜੇ ਆ ਉਸ ਨੂੰ ਜਿਹੜਾ ਕੱਬੇ ਹੱਥ ਤੋਂ ਪ੍ਰਕਰਮਾ ਕਰਦੇ ਹੋਏ ਜਿਹੜੇ ਆ ਉਹ ਜਾਣਦੇ ਨੇ ਤਾਂ ਕਿ ਜਿਹੜੀ ਉਹ ਸੰਗਤ ਦੇ ਦਰਸ਼ਨ ਹੋ ਸਕਣ ਇਸ ਤਰ੍ਹਾਂ ਦਾ ਜਿਹੜਾ ਆ ਗੁਰੂ ਘਰਾਂ ਦੇ ਵਿੱਚ ਵੀ ਜਿਹੜੀ ਪ੍ਰਕਰਮਾ ਕੀਤੀ ਜਾਂਦੀ ਆ ਜਿਹਦੀ ਹੁਣ ਅਸੀਂ ਜਿਹੜੀ ਆ ਇਸਲਾਮ ਧਰਮ ਦੇ ਵਿੱਚ ਜਿਹੜੀ ਅਸੀਂ ਗੱਲ ਕੀਤੀ ਆ ਹਾਂਜੀ ਤੇ ਤਵਾਫ ਤੋਂ ਬਾਅਦ ਦੁਆ ਕੀਤੀ ਜਾਂਦੀ ਹੈ ਕਿ ਜਿਸ ਨੂੰ ਸਹੀ ਆਖਦੇ ਹਨ ਐ ਅੱਲਾ ਮੈਂ ਆਪ ਦੀ ਖੁਸ਼ੀ ਦੇ ਲਈ ਸਫਾ ਮਰਵਾ ਦੇ ਵਿੱਚ ਸਈ ਦੇ ਸੱਤ ਚੱਕਰਾਂ ਦੀ ਨੀਅਤ ਕਰਦਾ ਹਾਂ ਇਸ ਨੂੰ ਮੇਰੇ ਲਈ ਆਸਾਨ ਫਰਮਾਉਣਾ ਤੇ ਕਬੂਲ ਫਰਮਾਉਣਾ ਸਫਾ ਪਹਾੜੀ ਤੇ ਚੜ ਕੇ ਖਾਨਾ ਕਾਬਾ ਵੱਲ ਨੂੰ ਮੂੰਹ ਕਰਕੇ ਨੀਅਤ ਕੀਤੀ ਜਾਂਦੀ ਹੈ ਦਰੂਦ ਸ਼ਰੀਫ ਪੜ ਕੇ ਖੜੇ-ਖੜੇ ਹੀ ਦੁਆ ਕੀਤੀ ਜਾਂਦੀ ਹੈ ਸਫਾ ਤੋਂ ਮਰਵਾ ਰੱਬ ਦਾ ਜ਼ਿਕਰ ਕਰਦਿਆਂ ਚੱਲਿਆ ਜਾਂਦਾ ਹੈ ਜਦੋਂ ਹਰੀਆਂ ਲਾਈਟਾਂ ਵਾਲੇ ਥੰਮਲੇ ਆ ਜਾਂਦੇ ਹਨ ਤਾਂ ਆਦਮੀ ਇਨ੍ਹਾਂ ਵਿਚਕਾਰ ਕੁਝ ਤੇਜ਼ੀ ਨਾਲ ਦੌੜਦੇ ਹੋਏ ਗੁਜ਼ਰਦੇ ਹਨ ਇਨ੍ਹਾਂ ਥੰਮਲਿਆਂ ਵਿਚਕਾਰ ਇਹ ਦੁਆ ਪੜੀ ਜਾਂਦੀ ਹੈ اے ਅੱਲਾ ਮੇਰੇ ਗੁਨਾਹਾਂ ਨੂੰ ਮਾਫ ਫਰਮਾ ਰਹਿਮ ਫਰਮਾ ਤੂੰ ਬਹੁਤ ਹੀ ਇੱਜ਼ਤ ਵਾਲਾ ਤੇ ਕਰਮ ਫਰਮਾਉਣ ਵਾਲਾ ਹੈ ਜ਼ਿਕਰ ਕਰਦਿਆਂ ਮਰਵਾ ਪਹਾੜੀ ਤੇ ਪਹੁੰਚ ਕੇ ਤਿੰਨ ਵਾਰੀ ਅੱਲਾਹੁ ਅਕਬਰ اے ਅੱਲਾ ਤੂੰ ਸਭ ਤੋਂ ਵੱਡਾ ਹੈ ਇਹ ਪੜਿਆ ਜਾਂਦਾ ਹੈ ਚੌਥਾ ਕਲਮਾ ਤੇ ਦਰੂਦ شریف ਪੜ ਕੇ ਦੁਆ ਮੰਗੀ ਜਾਂਦੀ ਹੈ ਇਸ ਤਰ੍ਹਾਂ ਮਰਵਾ ਤੋਂ ਸਫਾ ਵੱਲ ਚੱਲਿਆ ਜਾਂਦਾ ਹੈ ਇੰਜ ਕਰਦਿਆਂ ਸੱਤਵਾਂ ਚੱਕਰ ਮਰਵਾ ਤੇ ਆ ਕੇ ਪੂਰਾ ਹੋ ਜਾਂਦਾ ਹੈ ਸਹੀ ਪਿੱਛੋਂ ਅੱਠ ਜਿਲਹਿਜਾ ਨੂੰ ਸਾਰੇ ਹਾਜੀ ਮੀਨਾ ਦੇ ਖੁੱਲੇ ਡੁੱਲੇ ਟੈਂਟਾਂ ਦੇ ਮੈਦਾਨ 'ਚ ਚੱਲੇ ਜਾਂਦੇ ਹਨ ਨੌ ਜਿਲਹਿਜਾ ਨੂੰ ਸਾਰੇ ਹਾਜੀ ਵਕੂਫੇ ਅਰਫਾਤ ਲਈ ਅਰਫਾਤ ਦੇ ਮੈਦਾਨ ਵੱਲ ਨੂੰ ਚੱਲ ਪੈਂਦੇ ਜਿੱਥੇ ਉਹ ਫਜ਼ਰ ਦੀ ਨਮਾਜ਼ ਪੜ੍ਹਦੇ ਹਨ ਸਮਝਿਆ ਜਾਂਦਾ ਹੈ ਕਿ ਇੱਥੇ ਖੜੇ ਹੋ ਕੇ حضرت ਮੁਹੰਮਦ ਨੇ ਖੁਦਾ ਨੂੰ ਇਸ ਜਗਾ ਨमाज پڑھਣ ਵਾਲਿਆਂ ਦੇ ਗੁਨਾਹ ਨੂੰ ਬਖਸ਼ਣ ਲਈ ਬੇਨਤੀ ਕੀਤੀ ਸੀ ਇਹ ਹਜ ਦਾ ਖਾਸ ਦਿਨ ਹੁੰਦਾ ਹੈ ਜੀ ਇਦਾਂ ਦਾ ਕੁਝ ਇਤਿਹਾਸ ਜਿਹੜਾ ਆ ਉਹ ਇਸਲਾਮ ਧਰਮ ਦੇ ਵਿੱਚ ਹੈ ਤੇ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਕਹਿੰਦੇ ਆ ਕਿ ਜੇ ਜੋ ਵੀ ਇਸ ਪ੍ਰੋਗਰਾਮ ਦੇ ਵਿੱਚ ਇਸਲਾਮ ਧਰਮ ਬਾਰੇ ਕਿਹਾ ਗਿਆ ਹੈ ਕਿ ਉਸ ਦੀ ਅਸੀਂ ਪੁਸ਼ਟੀ ਨਹੀਂ ਕਰਦੇ ਤੇ ਅਸੀਂ ਕਿਸੇ ਵੀ ਜਿਹੜੀ ਆ ਗੱਲ ਤੋਂ ਜਾਂ ਅਸੀਂ ਕਿਸੇ ਵੀ ਜਿਹੜੀ ਆ ਜਿਹੜੀ ਆ ਹੋਈ ਕੁਤਾਈ ਤੋਂ ਅਸੀਂ ਜਿਹੜਾ ਆ ਉਹ ਮਾਫੀ ਮੰਗਦੇ ਆ ਕਿਉਂਕਿ ਕੋਈ ਵੀ ਪ੍ਰੋਗਰਾਮ ਉਲੀਕਦੇ ਆ ਕੋਈ ਵੀ ਕਿਸੇ ਵੀ ਧਰਮ ਬਾਰੇ ਜਿਹੜਾ ਅਧਿਆਨ ਕਰਦੇ ਆ ਉਹਦੇ ਵਿੱਚ ਕਈ ਤਰੁੱਟੀਆਂ ਰਹਿ ਜਾਂਦੀਆਂ ਨੇ ਇਸੇ ਕਰਕੇ ਜਿਹੜਾ ਆ ਅਸੀਂ ਜਿਹੜੀ ਆ ਮਾਫੀ ਮੰਗਦੇ ਆ ਕਿਉਂਕਿ ਪ੍ਰੋਗਰਾਮ ਉਲੀਕਣ ਲਈ ਜਿਹੜਾ ਆ ਕਾਫੀ ਸਮਾਂ ਲੱਗ ਜਾਂਦਾ ਆ ਤੇ ਜਿਹੜਾ ਆ ਉਸ ਨੂੰ ਯਾਦ ਰੱਖ ਕੇ ਬੋਲਣਾ ਆ ਜਿਹੜਾ ਉਹਦੇ ਵਿੱਚ ਵੀ ਜਿਹੜਾ ਆ ਕਈ ਤਰ੍ਹਾਂ ਦੀਆਂ ਜੜੀਆਂ ਨੇ ਰੋਟੀਆਂ ਰਹਿ ਜਾਂਦੀਆਂ ਤੇ ਅਸੀਂ ਜਿਹੜੀ ਆ ਪਿਛਲੇ ਜਿਹੜਾ ਆ ਐਪੀਸੋਡ ਦੇ ਵਿੱਚ ਜਿਹੜਾ ਆ ਅਸੀਂ ਤੁਹਾਨੂੰ ਜਿਹੜਾ ਇਤਿਹਾਸ ਦੇ ਬਾਰੇ ਜਾਣਕਾਰੀ ਦਿੱਤੀ ਆ ਤੇ ਹੁਣ ਜਿਹੜਾ ਆ ਇਸਲਾਮ ਮਤ ਦੇ ਜਿਹੜੇ ਇਤਿਹਾਸ ਤੇ ਕੁਝ ਝਲਕੀਆਂ ਤੇ ਜਿਹੜੀਆਂ ਕੁਝ ਇੱਕ ਜੜੀਆਂ ਨੇ ਉਹਨਾਂ ਦੇ ਇਤਿਹਾਸ ਦੇ ਵਿੱਚੋਂ ਦੇਖਣ ਦੀ ਕੋਸ਼ਿਸ਼ ਕੀਤੀ ਗਈ ਆ ਕਿ ਉਹਨਾਂ ਦੇ ਇਤਿਹਾਸ ਦੇ ਵਿੱਚ ਕਿਸ ਤਰ੍ਹਾਂ ਦਾ ਵਾਪਰਦਾ ਆ ਜਾਂ ਕਿਸ ਤਰ੍ਹਾਂ ਜਿਹੜਾ ਮਾਤਮਾ ਨੂੰ ਮੰਨਦੇ ਨੇ ਤੇ ਉਹਦੀ ਜਿਹੜੀ ਆ ਸਿਫਤ ਸਲਾਹ ਕਿਸ ਤਰ੍ਹਾਂ ਕਰਦੇ ਨੇ ਤੇ ਆਓ ਅਸੀਂ ਗੱਲਬਾਤ ਕਰਦੇ ਹਾਂ ਹੁਣ ਪੰਜਾਬ ਦੇ ਵਿੱਚ ਹੋ ਰਹੀਆਂ ਘਟਨਾਵਾਂ ਤੇ ਪੰਜਾਬ ਦੀ ਸਿਆਸੀ ਸਰਗਰਮੀਆਂ ਦੀ ਪੰਜਾਬ ਦੇ ਵਿੱਚ ਜੋ ਚੋਣਾਂ ਦਾ ਮਾਹੌਲ ਹੈ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਜਿਹੜਾ ਆ ਉਹ ਬੀਕਲ ਵੱਜਿਆ ਹੋਇਆ ਤੇ ਕਾਫੀ ਉਮੀਦਵਾਰਾਂ ਦੀਆਂ ਧੜਕਣਾਂ ਜਿਹੜੀਆਂ ਜ਼ੋਰ-ਜ਼ੋਰ ਦੇ ਨਾਲ ਧੜਕ ਰਹੀਆਂ ਨੇ 20 ਫਰਵਰੀ ਨੂੰ ਜਿਹੜੀਆਂ ਇਲੈਕਸ਼ਨ ਹੋਣੀਆਂ ਨੇ ਤੇ ਜਿਹੜਾ ਆ 11 ਮਾਰਚ ਨੂੰ ਉਹਦਾ ਜਿਹੜਾ ਰਿਜ਼ਲਟ ਆਣਾ ਹੈ ਤੇ ਸਭ ਤੋਂ ਪਹਿਲਾ ਜਿਹੜੀ ਆ ਇੱਕ ਵੀਡੀਓ ਲੇਟੈਸਟ ਚੱਲਦੀ ਆ ਉਹ ਆ ਦੀਪ ਸਿੱਧੂ ਹੋਰਾ ਦੀ ਦੀਪ ਸਿੱਧੂ ਦਾ ਜਿਹੜਾ ਐ ਸੜਕ ਹਾਸ ਦੇ ਵਿੱਚ ਜਿਹੜਾ ਆ ਉਹ ਦਿਹਾਤ ਹੋ ਗਿਆ ਆ ਉਹ ਕਿਸ ਤਰ੍ਹਾਂ ਦਿਹਾਤ ਹੋਇਆ ਤੇ ਆਉ ਤੁਹਾਨੂੰ ਦਿਖਾਣੇ ਆ ਉਹ ਛੋਟਾ ਜਿਹਾ ਵੀਡੀਓ ਤੇ ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਅਗਲੇ ਪ੍ਰੋਗਰਾਮ ਦੀ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਕਿ ਜਿਹੜਾ ਆ ਇੱਕ ਟਰੱਕ ਜਿਹੜਾ ਰੋਡ ਤੇ ਖੜਿਆ ਹੋਇਆ ਆ ਦੀਪ ਸਿੱਧੂ ਹੋਰਾ ਦੀ ਜਿਹੜੀ ਗੱਡੀ ਆ ਡਰਾਈਵਰ ਸਾਈਡ ਤੋਂ ਜਿਹੜੀ ਆ ਉਹ ਗੱਡੀ ਵੱਜੀ ਆ ਤੇ ਦੀਪ ਸਿੱਧੂ ਜੀ ਜਿਹੜਾ ਕੋਡ ਜਿਹੜਾ ਆ ਡਰਾਈਵ ਕਰਦੇ ਸੀਗੇ ਇਸ ਨੂੰ ਜਿਹੜਾ ਕਈ ਵਕਤ ਤੋਂ ਦੇਖਿਆ ਜਾ ਰਿਹਾ ਆ ਤੇ ਕਈ ਜਿਹੜੇ ਨੇ ਦੀਪ ਸਿੱਧੂ ਦੇ ਨਾਲ ਪਿਆਰ ਰੱਖਣ ਵਾਲੇ ਉਹਨਾਂ ਨੇ ਜਿਹੜਾ ਆ ਟਵਿੱਟਰ ਤੇ ਜਿਹੜਾ ਆ ਟਵੀਟ ਕਰਕੇ ਜਿਹੜਾ ਆ ਇਸ ਨੂੰ ਜਿਹੜਾ ਆ ਖਬਰ ਨੂੰ ਦੁਖਦਾਈ ਮੰਨਿਆ ਆ ਤੇ ਤੁਹਾਨੂੰ ਦੱਸ ਦਈਏ ਕਿ ਜਦੋਂ ਇਹ ਖਬਰ ਜਿਹੜੀ ਆ ਇਹ ਮੀਡੀਆ ਦੇ ਵਿੱਚ ਆਈ ਆ سوشل ਮੀਡੀਆ ਤੇ ਆਈ ਆ ਤਾਂ ਉਦੋਂ ਕਿਸੇ ਨੂੰ ਵੀ ਵਿਸ਼ਵਾਸ ਨਹੀਂ ਸੀ ਹੁੰਦਾ ਲੋਕ ਜਿਹੜੇ ਦੀਪ ਸਿੱਧੂ ਨੂੰ ਪਿਆਰ ਕਰਨ ਵਾਲੇ ਸੀਗੇ ਉਹ ਲਗਾਤਾਰ ਜਿਹੜੇ ਉਹਨਾਂ ਦੇ ਕਰਦਿਆਂ ਤੋਂ ਪਰਿਵਾਰਾਂ ਤੋਂ ਉਹਨਾਂ ਦੇ ਸਾਥ ਸਬੰਧੀਆਂ ਤੋਂ ਉਹਨਾਂ ਦੇ ਨਜ਼ਦੀਕਿਆਂ ਤੋਂ ਜਿਹੜਾ ਫੋਨ ਕਰ ਕਰਕੇ ਪੁੱਛਦੇ ਸੀਗੇ ਤੇ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਟਵੀਟ ਉਹ ਪਰ ਜਿਹੜਾ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਆਪਣੇ ਟਵੀਟ ਤੇ ਕਰਕੇ ਕਿਹਾ ਕਿ ਮੈਨੂੰ ਬਹੁਤ ਵੱਡਾ ਦੁੱਖ ਹੈ ਕਿ ਇੱਕ ਜਿਹੜਾ ਆ ਦਲੇਰ ਜਿਹੜਾ ਆ ਯੋਧਾ ਆ ਤੇ ਇੱਕ ਵਧੀਆ ਜਿਹੜਾ ਆ ਰਾਜਨੀਤਿਕ ਪਾਰਟੀ ਦੇ ਵਿੱਚ ਉੱਭਰਨ ਵਾਲਾ ਸੀਗਾ ਤੇ ਅੱਜ ਉਸ ਦੇ ਜਿਹੜਾ ਦਿਹਾਂਤ ਤੇ ਮੈਂ ਦੁੱਖ ਪ੍ਰਗਟ ਜਿਹੜਾ ਆ ਦਾ ਪ੍ਰਗਟਾਵਾ ਕਰਦਾ ਆ ਤੇ ਜਿਹੜਾ ਆ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਦਾ ਆ ਕਿ ਇਹ ਯੋਧੇ ਦੇ ਜਿਹੜਾ ਆ ਆਣ ਹੋਈ ਘਟਨਾ ਦੇ ਵਿੱਚ ਜਿਹੜੀ ਉਸ ਦਾ ਦਿਹਾਂਤ ਹੋਇਆ ਤੇ ਆਓ ਅਸੀਂ ਵਾਪਸ ਆਪਣੇ ਅਗਲੇ ਪ੍ਰੋਗਰਾਮ ਵੱਲ ਹਾਂਜੀ ਤੇ ਅਸੀਂ ਅਗਲੇ ਪ੍ਰੋਗਰਾਮ ਵਾਰ ਵੱਧਦੇ ਹਾਂ ਜਿਵੇਂ ਰੂਹੀ ਜੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆ ਭਗਤ ਰਵਦਾਸ ਜੀ ਦਾ ਗੁਰਪੁਰਬ ਹੈ ਭਗਤ ਰਵਦਾਸ ਜੀ ਦੇ ਗੁਰਪੁਰਬ ਤੇ ਜਿਹੜਾ ਆ ਉਹ ਚਰਨਜੀਤ ਸਿੰਘ ਚੰਨੀ ਜੀ ਜਿਹੜੇ ਨੇ ਉਹ ਉਹਨਾਂ ਦੇ ਦਰਸ਼ਨਾਂ ਲਈ ਜਿਹੜਾ ਆ ਕਾਸ਼ੀ ਗਏ ਹੋਏ ਨੇ ਆ ਉਹ ਦੇਖਦੇ ਆ ਇੱਕ ਛੋਟਾ ਜਿਹਾ ਵੀਡੀਓ ਰਾਜੂ ਸਾਹਿਬ ਸਤ ਸਾਲ ਜੀ ਜੀ ਰਹਿਣ ਧੰਵਾਦ ਜੀ ਵੈਲਕਮ ਟੂ ਜੀਨਾ ਸਾਡੇ ਵਿੱਚ ਬਹੁਤ ਬਹੁਤ ਧੰਨਵਾਦ ਅੰਮ੍ਰਿਤਪਾਲ ਜੀ ਸੁਪਰੀਕਤ ਹੋ ਗਏ ਹਨ ਜੀ ਬਹੁਤ ਬਸ ਬਾਕ ਬਖਤ ਹੈ ਤੇ ਸਮਾਂ ਆਸ਼ਨੀ ਜੀ ਪਹੁੰਚੇ ਹੋਏ ਜੀ ਬਹੁਤ ਬਹੁਤ ਧੰਨਵਾਦ

श्री राम हरे सिंकी आयो <laughs> ਆਖਿਰ ਨੂੰ ਸਰ ਜੀ ਕਹਿੰਦਾ ਕਿ ਤੁਹਾਨੂੰ ਬੰਦ ਦਾ ਯੋਗ ਹੈ and that's <laughs> ਤਿਆਉ ਵਾਦਦੇ ਆਸੀ ਅਗਲੀਆਂ ਖਬਰਾਂ ਵੱਲ ਤੇ ਅੱਜ ਦੀਆਂ ਜਿਹੜੀਆਂ ਅਗਲੀਆਂ ਖਬਰਾਂ ਨੇ ਅਗਲਾ ਸੈਗਮੈਂਟ ਹੈ ਅਖਬਾਰ ਹਾਜ਼ਿਰ ਹੈ ਤੇ ਪਹਿਲੀ ਖਬਰ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਵੀਦਾਸ ਜਨਮ ਦਿਤੇ ਮੌਕੇ ਤੇ ਦਿੱਲੀ ਦੇ ਕਰੋਲ ਬਾਗ ਸਥਿਤ ਸ਼੍ਰੀ ਗੁਰੂ ਰਵੀਦਾਸ ਵਿਸ਼ਰਾਮ ਤਾਂ ਮੰਦਿਰ ਵਿੱਚ ਨਤਮਸਤਕ ਹੋਏ ਇਸ ਮੌਕੇ ਉਹਨਾਂ ਵੱਲੋਂ ਕੀਰਤਨ ਵਿੱਚ ਵੀ ਭਾਗ ਲਿਆ ਗਿਆ ਜੀ ਪਠਾਨਕੋਟ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਜਪਾ ਨੂੰ 5 ਸਾਲ ਸੂਬੇ ਦੀ ਸੇਵਾ ਕਰਨ ਦਾ ਮੌਕਾ ਦਿਓ ਇਸ ਨਾਲ ਹੀ ਉਹਨਾਂ ਦਾ ਕਹਿਣਾ ਸੀ ਕਿ ਰਿਮੋਟ ਕੰਟਰੋਲ ਸਰਕਾਰਾਂ ਦਾ ਸਫਾਇਆ ਕਰਾਂਗੇ ਇਸ ਨਾਲ ਇਹ ਵੀ ਕਿਹਾ ਗਿਆ ਕਿ ਪੰਜਾਬ ਦੇ ਵਿਕਾਸ ਲਈ ਜਿਹੜਾ ਆ ਕੋਈ ਕਸਰ ਨਹੀਂ ਛੱਡਾਂਗੇ ਜੀ ਪਠਾਨਕੋਟ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਗਿਆ ਕਿ ਅਸੀਂ ਕਿਸਾਨੀ ਵਪਾਰ ਨੂੰ ਲਾਹੇਵੰਦ ਬਣਾਵਾਂਗੇ ਪੰਜਾਬ ਨੂੰ ਤਰੱਕੀ ਦੀ ਰਾਹ ਤੇ ਲੈ ਕੇ ਜਾਵਾਂਗੇ ਇਸ ਮੌਕੇ ਉਨ੍ਹਾਂ ਦਾ ਕਹਿਣਾ ਸੀ ਕਿ ਅਸੀਂ ਪੰਜਾਬ ਦੇ ਵਿਕਾਸ ਲਈ ਸ਼੍ਰੋਮਣੇ ਕਾਲੀ ਦਲ ਨਾਲ ਗੱਠ ਜੋੜ ਦਿੱਤਾ ਸੀ ਜੀ ਪਠਾਨਕੋਟ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਗਿਆ ਕਿ ਪੰਜਾਬ ਤੋਂ ਬਨਾਰਸ ਗਏ ਸ਼ਰਧਾਲੂਆਂ ਲਈ ਸਾਰੇ ਇੰਤਜ਼ਾਮ ਕੀਤੇ ਗਏ ਹਨ ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬ ਦੇ ਸ਼ਰਧਾਲੂਆਂ ਲਈ ਦੋ ਟ੍ਰੇਨਾਂ ਵੀ ਚਲਾਈਆਂ ਗਈਆਂ ਹਨ ਜੀ ਤੇ ਅਗਲੀ ਖਬਰ ਹੈ ਕਿ ਅਦਾਕਾਰ ਤੇ ਕਿਸਾਨ ਅੰਦੋਲਨ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਦੀਪ ਸਿੱਧੂ ਦਾ ਬੀਤੀ ਰਾਤ ਸੜਕਾ ਹਾਦਸੇ ਵਿੱਚ ਦਿਹਾਂਤ ਹੋ ਗਿਆ ਸੀ ਅਦਾਕਾਰ ਦੀਪ ਸਿੱਧੂ ਦੇ ਭਰਾ ਐਡਵੋਕੇਟ ਪੰਦੀਪ ਸਿੰਘ ਸਿੱਧੂ ਦੋਸਤ ਐਡਵੋਕੇਟ ਹਾਕਮ ਸਿੰਘ ਹਰਪ੍ਰੀਤ ਦਯੂਗੰਦੇ ਦਲਜੀਤ ਸਿੰਘ ਕਲਸੀ ਨੇ ਕਿਹਾ ਕਿ ਦੀਪ ਸਿੱਧੂ ਨਾਲ ਵਾਪਰੇ ਹਾਦਸੇ ਦੀ ਸੀਬੀਆਈ ਜਾਂਚ ਕਰवानी ਚਾਹੀਦੀ ਹੈ ਤਾਂ ਜੋ ਇਸ ਬਾਰੇ ਸੱਚਾਈ ਸਾਹਮਣੇ ਆ ਸਕੇ। ਉਹਨਾਂ ਨੇ ਕਿਹਾ ਕਿ ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਜਦੋਂ ਵੀ ਕੋਈ ਹਾਦਸਾ ਵਾਪਰਦਾ ਹੈ ਤਾਂ ਸੜਕਾਂ ਤੋਂ ਕਈ ਦਿਨ ਵਾਹਨਾਂ ਨੂੰ ਨਹੀਂ ਹਟਾਇਆ ਜਾਂਦਾ ਪਰ ਦੀਪ ਸਿੱਧੂ ਨਾਲ ਵਾਪਰੇ ਹਾਦਸੇ ਤੋਂ ਬਾਅਦ ਉਸਦੀ ਸਕੋਰਪਿਓ ਗੱਡੀ ਨੂੰ ਕੁਝ ਸਮੇਂ ਬਾਅਦ ਹਟਾ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਗੱਡੀ ਨੂੰ ਹਟਾਉਣ ਸਮੇਂ ਪੁਲਿਸ ਵੱਲੋਂ ਬਣਾਈ ਗਈ ਵੀਡੀਓ ਨੂੰ ਵੀ ਜਨਤਕ ਕਰਨਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਦੀਪ ਸਿੱਧੂ ਬਹੁਤ ਵਧੀਆ ਡਰਾਈਵਰ ਸੀ। ਅਦਾਕਾਰ ਦੀਪ ਸਿੱਧੂ ਦਾ ਅੰਤਮ ਸੰਸਕਾਰ ਲੁਧਿਆਣਾ ਵਿਖੇ ਸ਼ਾਮ 5 ਵਜੇ ਕੀਤਾ ਜਾਵੇਗਾ ਦੀਪ ਸਿੱਧੂ ਦੇ ਦੋਸਤ ਅਨੁਸਾਰ ਦੀਪ ਸਿੱਧੂ ਦਾ ਡਾਕਟਰਾਂ ਵੱਲੋਂ 10:30 ਮਿੰਟ ਤੇ ਪੋਸਟਮਾਰਟਮ ਕੀਤਾ ਜਾਵੇਗਾ ਇਹ ਵੀ ਪਤਾ ਲੱਗਾ ਕਿ ਦੀਪ ਸਿੱਧੂ ਦੇ ਅੰਤਿਮ ਸੰਸਕਾਰ ਮੌਕੇ ਸਾਰੀਆਂ ਰਸਮਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੱਲੋਂ ਨਿਭਾਈਆਂ ਜਾਣਗੀਆਂ ਜੀ ਉਹਨਾਂ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਜੱਦੀ ਪਿੰਡ ਉਦੇਕਰਨ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਸਕੇ ਸੰਬੰਧੀ ਪਰਿਵਾਰ ਦੇ ਪਿੰਡ ਵਾਸੀ ਲੁਧਿਆਣਾ ਲਈ ਦਵਾਰਾਂ ਹੋ ਗਏ ਹਨ ਇਸ ਮੌਕੇ ਦੀਪ ਸਿੱਧੂ ਤੇ ਤਾਇਆ ਅਮਰ ਸਿੰਘ ਤੇ ਭਰਾ ਜੀਵਨ ਸਿੰਘ ਤੇ ਮਾਸਟਰ ਗੁਰਤੇਜ ਸਿੰਘ ਬਰਾੜ ਨੇ ਦੱਸਿਆ ਕਿ ਪੰਜਾਬ ਨੇ ਇੱਕ ਹੀਰਾ ਗਵਾ ਲਿਆ ਏ ਇਸ ਦਾ ਘਾਟਾ ਕਦੇ ਪੂਰਾ ਨਹੀਂ ਹੋ ਸਕੇਗਾ ਪਰਚਿਤ ਗਾਇਕ ਤੇ ਸੰਗੀਤਕਾਰ ਬੱਪੀ ਲਹਿਰੀ ਦਾ ਮੁੰਬਈ ਦੇ ਇੱਕ ਹਸਪਤਾਲ ਵਿੱਚ ਦਿਹਾਂਤ ਹੋ ਗਿਆ ਉਹ 59 69 69 ਵਰਿਆਂ ਦੇ ਸਨ ਤੇ 27 ਨਵੰਬਰ 1952 ਨੂੰ ਜਨਮੇ ਬੱਪੀ ਲਹਿਰੀ ਨੇ ਇੱਕ ਗਾਇਕੀ ਸੰਗੀਤ ਡਾਂਸ ਡਿਸਕੋ ਸੰਗੀਤ ਅਦਾਕਾਰ ਅਤੇ ਰਿਕਾਰਡ ਨਿਰਮਾਤਾ ਵਜੋਂ ਜਿਹੜੀਆਂ ਆਪਣੀ ਵਿਗਲਖਣ ਪਛਾਣ ਸਥਾਪਿਤ ਕੀਤੀ ਸੀ ਪਪੀ ਲਹਿਰੀ ਸੰਨ 2000 ਜਿਹੜਾ 14 ਵਿੱਚ ਭਾਜਪਾ ਦੀ ਟਿਕਟ ਤੇ ਪੱਛਮੀ ਬੰਗਾਲ ਦੇ ਸ਼ਿਰਾਰਾਮ ਪੁਰੀ ਜਿਹੜਾ ਆ ਤੋਂ ਚੋਣ ਜਿਹੜੇ ਆ ਉਹ ਲੜੇ ਸਨ ਪਰ ਉਹ ਹਾਰ ਗਏ ਸਨ ਜੀ ਅੰਮ੍ਰਿਤਸਰ ਦੇ ਮੇਅਰ ਕਰਮਜੀ ਸਿੰਘ ਰਿੰਟੂ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ ਕੇਂਦਰੀ ਗ੍ਰਹਿ ਮੰਤਰੀ ਅਮੇਸ਼ਾ ਅੱਜ ਸਰਹੱਦੀ ਸ਼ਹਿਰ ਫਿਰੋਜ਼ਪੁਰ ਪਹੁੰਚੇ ਜਿੱਥੇ ਉਹ ਭਾਜਪਾ ਦੇ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਨਗੇ ਅਤੇ ਭਾਜਪਾ ਸਰਕਾਰ ਦੀਆਂ ਨੀਤੀਆਂ ਪ੍ਰਤੀ ਹਲਕਾ ਜਿਹੜਾ ਵਾਸੀਆਂ ਨੂੰ ਜਾਣੂ ਕਰਵਾਉਣਗੇ ਅਤੇ ਭਾਜਪਾ ਦੇ ਉਮੀਦਵਾਰ ਹੱਕ 'ਚ ਵੋਟ ਪਾਉਣ ਲਈ ਜਿਹੜਾ ਆ ਪ੍ਰੇਰਿਤ ਕਰਨਗੇ ਜੀ ਲੁਧਿਆਣਾ ਪਹੁੰਚੇ ਕਾਂਗਰਸ ਦੇ ਸੀਨੀਅਰ ਆਗੂ ਤੇ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਸਾਂਸਦ ਮਨੀਸ਼ ਦਿਵਾੜੀ ਨੇ ਲੁਧਿਆਣਾ ਵਿਖੇ ਮਹੱਤਵਪੂਰਨ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਕਾਂਗਰਸ ਹੀ ਇੱਕ ਅਜੇਹੀ ਪਾਰਟੀ ਹੈ ਜੋ ਪੰਜਾਬ ਨੂੰ ਇਕਜੁੱਟ ਰੱਖ ਸਕਦੀ ਹੈ ਉਹਨਾਂ ਨੇ ਕਿਹਾ ਵਿਰੋਧੀ ਪਾਰਟੀਆਂ ਪੰਜਾਬ ਵਿੱਚ ਹਿੰਦੂ ਸਿੱਖ ਏਕਤਾ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਤੇ ਜੋ ਅਜੇਹੀ ਕੋਸ਼ਿਸ਼ ਕਰ ਰਹੇ ਹਨ ਉਹ ਆਈਐਸਆਈ ਦੇ ਏਜੰਡਾ ਹਨ ਜੀ ਜਲਾਲਾਬਾਦ ਸ਼ਹਿਰ ਦੇ ਇੰਦਰ ਨਗਰ ਚੌਂਕ ਵਿੱਚ देर रात ਕੁਝ ਸ਼ਰਾਰਤੀ ਅਨਸਰਾਂ ਵੱਲੋਂ ਹਵਾਈ ਫਾਇਰ ਕੀਤੇ ਗਏ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਦੀ ਗੱਡੀ ਦੀ ਤੋੜਪਾਨ ਕੀਤੀ ਗਈ ਇਸ ਮੌਕੇ ਤੇ ਹਾਜ਼ਰ ਲੋਕਾਂ ਵੱਲੋਂ ਦੱਸਿਆ ਜਾ ਰਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਹਵਾਈ ਫਾਇਰ ਕੀਤੇ ਗਏ ਸੀ ਚੋਣਾਂ ਦੌਰਾਨ ਜਿਹੜਾ ਆ ਇਹ ਹੋਣ ਕਰਕੇ ਜਿਹੜਾ ਇਸ ਤਰ੍ਹਾਂ ਦੀ ਘਟਨਾ ਸ਼ਹਿਰ ਵਿੱਚ ਕੁਝ ਵਾਪਰ ਜਾਣਾ ਪੁਲਿਸ ਪ੍ਰਸ਼ਾਸਨ ਉੱਤੇ ਇੱਕ ਵੱਡੀਆਂ ਸਵਾਲੀਆਂ ਨਿਸ਼ਾਨ ਵੀ ਜਿਹੜਾ ਖੜਾ ਕਰਦੀ ਹੈ ਜ਼ਿਕਰਯੋਗ ਹੈ ਕਿ ਅੱਜ ਹੀ ਇਸ ਜਿਹੜਾ ਆ ਚੌਂਕ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਰੈਲੀ ਕੀਤੀ ਗਈ ਸੀ ਜਿਸ ਵਿੱਚ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇਪੀ ਨੱਡਾ ਨੇ ਜਿਹੜਾ ਸੰਬੋਧਨ ਕੀਤਾ ਸੀ ਜੀ ਅਗਲੀ ਖਬਰ ਹੈ ਬੀਤੀ ਸ਼ਾਮ ਵਿਧਾਨ ਸਭਾ ਹਲਕੇ ਸੁਨਾਮ 101 ਲਈ ਨਿਯੁਕਤ ਕੀਤੇ ਗਏ ਖਰਚਾ ਆਬਜ਼ਰਵਰ ਲਿਆਕਤ ਅਲੀ ਅਫਾਕੀ ਦੀ ਅਗਵਾਈ ਵਿੱਚ ਐਫਐਸਟੀਮ ਵੱਲੋਂ ਕਰੀਬ 1.5 ਲੱਖ ਰੁਪਏ ਦੀ ਸ਼ਰਾਬ ਜ਼ਬਤ ਕਰਨ ਦਾ ਦਾਅਵਾ ਕੀਤਾ ਗਿਆ ਚੋਨਕਰ ਅਫਸਰ ਐਚਡੀਐਮ ਸੁਨਾਮ ਦੇ ਦਫ਼ਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਜਦੋਂ ਬੀਤੀ ਸ਼ਾਮ ਕਰੀਬ 7:30 ਵਜੇ ਚੋਨ ਅਬਜ਼ਰਵਰ ਦੀ ਅਗਵਾਈ ਵਿੱਚ ਐਫਐਸਟੀਮ ਦੇ ਦੌਰੇ ਦੌਰਾਨ ਨੇੜਲੇ ਪਿੰਡ ਲਖਮੀਰ ਵਾਲਾ ਦੇ ਠੇਕੇ ਤੇ ਪਹੁੰਚੀ ਤਾਂ ਇੱਕ ਗੱਡੀ ਜਿਸ ਵਿੱਚ 50 ਡੱਬੇ ਬੋਤਲਾ ਦੇਸੀ ਸ਼ਰਾਬ ਜਿਸ ਦੀ ਕੀਮਤ ਲਗਭਗ 1.5 ਲੱਖ ਰੁਪਏ ਤੇ ਦੋ ਡੱਬੇ ਬੀਅਰ ਜਿਸ ਦੀ ਕੀਮਤ ਲਗਭਗ 4320 ਰੁਪਏ ਬੰਦੀ ਹੈ ਨੂੰ ਬਕਾਇਦਾ ਬਿੱਲ ਨਾ ਦਿਖਾਉਣ ਤੇ ਮੌਕੇ ਤੇ ਮੌਜੂਦ ਐਫਐਸ ਟੀਮ ਵੱਲੋਂ ਜ਼ਬਤ ਕਰ ਲਿਆ ਗਿਆ ਤੇ ਮੌਕੇ ਤੇ ਪੁਲਿਸ ਦੇ ਆਪਕਾਰੀ ਵਿਭਾਗ ਦੇ ਸਪੋਰਟ ਕਰਕੇ ਕਾਨੂੰਨੀ ਕਾਰਵਾਈ ਕਰਨ ਦੀ ਹਦਾਇਤ ਕੀਤੀ ਗਈ ਜੀ ਅੰਮ੍ਰਿਤਸਰ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ ਅਰਵਿੰਦ ਕੇਜਰੀਵਾਲ ਅਤੇ ਭਗਵਾਨ ਤਮਨ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਜਾ ਰਿਹਾ ਹੈ ਜੀ ਤੇ ਅਗਲੀ ਖਬਰ ਹੈ ਕਿ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਮੰਗਲਵਾਰ ਨੂੰ ਕਿਹਾ ਕਿ ਵਾਸ਼ਿੰਗਟਨ ਯੂਕਰੇਨ ਤੇ ਰੂਸੀ ਹਮਲੇ ਦਾ ਫੈਸਲਾ ਕੁੰ ਜਵਾਬ ਦੇਣ ਲਈ ਤਿਆਰ ਹੈ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਕਿ ਰੂਸੀ ਫੌਜੀ ਯੂਨਿਟਾਂ ਆਪਣੇ ਘਰੇਲੂ ਟਿਕਾਣਿਆਂ ਤੇ ਵਾਪਸ ਆ ਰਹੀਆਂ ਹਨ ਉਹਨਾਂ ਦਾ ਕਹਿਣਾ ਸੀ ਕਿ ਸਾਡੇ ਵਿਸ਼ਲੇਸ਼ਕ ਸੰਕੇਤ ਦਿੰਦੇ ਹਨ ਕਿ ਯੂਕਰੇਨ ਬਹੁਤ ਜ਼ਿਆਦਾ ਖਤਰੇ ਵਾਲੀ ਸਥਿਤੀ ਵਿੱਚ ਹੈ ਇਸ ਨਾਲ ਹੀ ਕਿਹਾ ਗਿਆ ਕਿ ਯੂਕਰੇਨ ਦੀ ਸਰਹੱਦ ਦੇ ਨਾਲ ਰੂਸ ਨੇ ਆਪਣੀਆਂ ਫੌਜਾਂ ਲਗਾਈਆਂ ਹਨ ਤੇ ਹਮਲਾ ਸਪਸ਼ਟ ਤੌਰ ਤੇ ਸੰਭਵ ਹੈ ਬਰਾਜ਼ਿਲ ਦੇ ਜਿਹੜਾ ਆ ਫਾਈਟਰਾ ਤੇ ਜਿਹੜਾ ਆ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਿਓ ਦੇ ਜਿਹੜਾ ਆ ਜੇਨਵੀਓ ਦੇ ਉੱਪਰ ਪਹਾੜੀਆਂ ਵਿੱਚ ਤੇ ਇੱਕ ਸ਼ਹਿਰ ਸਪਾਟਾ ਸ਼ਹਿਰ ਵਿੱਚ ਮੰਗਲਵਾਰ ਨੂੰ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਤੇ ਹੜ੍ਹ ਕਾਰਨ ਘੱਟੋ ਘੱਟ 18 ਲੋਕਾਂ ਦੀ ਮੌਤ ਹੋ ਗਈ ਹੈ ਹਾਂਜੀ ਤੇ ਇਸੀਆਂ ਜਿਹੜੀਆਂ ਅੱਜ ਦੀਆਂ ਸੁਰਖੀਆਂ ਤੇ ਅਸੀਂ ਜੇ ਅਸੀਂ ਗੱਲ ਕਰੀਏ ਕਿ ਦੀਪ ਸਿੱਧੂ ਹੋਰਾਂ ਦੀ ਜਿਹੜਾ ਆ ਸੜਕ ਹਾਦਸੇ ਵਿੱਚ ਜਿਹੜਾ ਭਿਆਨਕ ਸੜਕ ਹਾਦਸਾ ਜਿਹੜਾ ਆ ਉਸ ਦੇ ਵਿੱਚ ਹੋਇਆ ਉਹਨਾਂ ਦੀ ਮੌਤ ਹੋ ਚੁੱਕੀ ਹੈ ਤੇ ਜਿਹੜੇ ਇਹਦੇ ਵੀਡੀਓ ਸੋਸ਼ਲ ਮੀਡੀਆ ਤੇ ਅੱਗ ਵਾਂਗੂ ਜਿਹੜਾ ਆ ਉਹ ਰਾਤੋਂ ਰਾਤ ਫੈਲ ਗਏ ਜਦੋਂ ਇਸ ਘਟਨਾ ਦਾ ਪਤਾ ਲੱਗਿਆ ਉਹਨਾਂ ਦੇ ਜਿਹੜੇ ਆ ਸੱਕੀ ਸੰਬੰਧੀਆਂ ਨੂੰ ਜਾਂ ਉਹਨਾਂ ਦੇ ਚਾਉਣ ਵਾਲਿਆਂ ਨੂੰ ਜਾਂ ਜਿਸ ਪਾਰਟੀ ਨੂੰ ਉਹ ਆ ਜਿਹੜਾ ਆ ਪ੍ਰਮੋਟ ਕਰਦੇ ਸੀਗੇ ਤਾਂ ਲੋਕਾਂ ਦੇ ਵਿੱਚ ਜਿਹੜੀ ਆ ਇੱਕਦਮ ਰੂਹੀ ਜਿਹੀ ਜਿਹੜੀ ਆ ਹਾਫੜਾ ਤਪੜੀ ਮਚ ਗਈ ਤੇ ਇੱਕ ਦਮ ਤਾਂ ਜਿਹੜਾ ਆ ਉਹ ਪਹਿਲਾਂ ਵਿਸ਼ਵਾਸ ਹੁਣੇ ਬਹੁਤ ਔਖਾ ਸੀ ਕਿ ਬਿਲਕੁਲ ਬਿਲਕੁਲ ਜੀ ਬਿਲਕੁਲ ਕਿਉਂਕਿ ਇਦਾਂ ਜਿਹੜੇ ਆ ਸੁਚੱਜੇ ਜਿਹੜੇ ਨੇ ਜਾਂ ਕਹਿ ਦਈਏ ਮਿਹਨਤੀ ਕਹਿ ਦਈਏ ਜਾਂ ਮਤਲਬ ਯੋਧੇ ਨੇ ਤੇ ਉਹਨਾਂ ਦਾ ਜਿਹੜਾ ਆ ਦੇਹਾਂਤ ਇੱਕਦਮ ਹੋ ਜਾਣਾ ਜਿਹੜਾ ਇੱਕ ਬਹੁਤ ਹੀ ਵੱਡਿਆ ਸਵਾਲੀਆ ਨਿਸ਼ਾਨ ਵੀ ਆ ਸਵਾਲਾਂ ਦੇ ਵਿੱਚ ਜਿਹੜਾ ਆ ਘਿਰਿਆ ਹੋਇਆ ਇਸ ਨੂੰ ਕਈ ਪੱਖ ਦੇ ਨਾਲ ਜਿਹੜਾ ਜੋੜ ਕੇ ਦੇਖਿਆ ਜਾਂਦਾ ਆ ਜੇ ਅਸੀਂ ਗੱਲ ਕਰੀਏ ਕਿਸਾਨੀ ਅ ਮੁੱਦਿਆਂ ਨੂੰ ਲੈ ਕੇ ਜਿਹੜਾ ਆ ਦੀਪ ਸਿੱਧੂ ਦੇ ਵਿੱਚ ਕਾਫੀ ਜਿਹੜਾ ਆ ਉਹ ਸ਼ਾਹ ਦੇਖਿਆ ਜਾਂਦਾ ਸੀਗਾ ਬਹੁਤ ਅਹਿਮ ਰੋਲ ਨਿਭਾਇਆ ਉਹਨਾਂ ਨੇ ਉਸ ਟਾਈਮ ਤੇ ਜਿਸ ਤਰ੍ਹਾਂ ਉਹ ਜਿਹੜਾ ਆ ਸਿੰਘੂ ਬਾਰਡਰ ਤੇ ਕੁੰਡਰੀ ਬਾਰਡਰ ਤੇ ਜਾ ਜਾ ਕੇ ਜਿਹੜਾ ਉਹਨਾਂ ਨੇ ਕਿਸਾਨਾਂ ਪ੍ਰਤੀ ਜਿਹੜਾ ਆ ਪ੍ਰਚਾਰ ਕੀਤਾ ਆ ਜਾਂ ਇੱਥੇ ਵੀ ਜਿਹੜਾ ਆ ਜਾ ਉਹ ਉਸ ਨੂੰ ਇਸ ਘਟਨਾ ਨੂੰ ਜਿਹੜਾ ਆ ਉਹ 26 ਜਨਵਰੀ ਦੇ ਜਿਹੜਾ ਆ ਲਾਲ ਕਿਲੇ ਦੇ ਸਾਹਮਣੇ ਤਿਰੰਗਾ ਫੈਰਾਇਆ ਗਿਆ ਉਸ ਘਟਨਾ ਦੇ ਨਾਲ ਵੀ ਜਿਹੜਾ ਜੋੜ ਕੇ ਦੇਖਿਆ ਜਾ ਸਕਦਾ ਪਰ ਪੰਜਾਬ ਦੇ ਜਿਹੜੇ ਆ ਕੁਝ ਨਾਮਵਰ ਹਸਤੀਆਂ ਨੇ ਜਿਹੜਾ ਉਹਨਾਂ ਨੇ ਕਿਹਾ ਆ ਕਿ ਇਸ ਦੀ ਜਿਹੜੀ ਆ ਸੀਬੀਆਈ ਜਾਂਚ ਹੋਣੀ ਚਾਹੀਦੀ ਆ ਉਹਨਾਂ ਦੇ ਪਰਿਵਾਰ ਵਾਲਿਆਂ ਨੇ ਵੀ ਜਿਹੜੀ ਆ ਉਹ ਮੰਗ ਕੀਤੀ ਆ ਕਿ ਜਿਹੜੀ ਇਸ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਆ ਇਸ ਦੇ ਪਿੱਛੇ ਜਿਹੜਾ ਆ ਕਿਸ ਦਾ ਹੱਥ ਹੈ ਕਿਉਂਕਿ ਚੋਣਾਂ ਦੇ ਵਿੱਚ ਅਜਿਹੀ ਘਟਨਾ ਹੋਣਾ ਜਿਹੜਾ ਆ ਉਹ ਕਾਫੀ ਜਿਹੜਾ ਆ ਵੱਡਾ ਸਵਾਲ ਹੈ ਤੇ ਅਸੀਂ ਦੇਖ ਸਕਦੇ ਹਾਂ ਕਿ ਜਿਵੇਂ ਜਿਹੜਾ ਆ ਦੀਪ ਸਿੱਧੂ ਜੀ ਐਡਵੋਕੇਟ ਵੀ ਸੀ ਸੁੱਜੇ ਸੀਗੇ ਜਿਹੜੇ ਆਪਣੇ ਜਿਹੜਾ ਆ ਅਧਿਕਾਰਾਂ ਬਾਰੇ ਵੀ ਜਾਣਦੇ ਸੀ ਤੇ ਜਿਨ੍ਹਾਂ ਨੂੰ ਜਿਹੜਾ ਆ ਇਹ ਵੀ ਕਿਹਾ ਜਾਂਦਾ ਸੀ ਕਿ ਬੜੇ ਸੁਚੱਜੇ ਤਰੀਕੇ ਦੇ ਨਾਲ ਉਹ ਉਹਨਾਂ ਦਾ ਜੀਵਨ ਜਿਉਣ ਦਾ ਢੰਗ ਸੀ ਤੇ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਛੋਟੀ ਜੀ ਗਲਤੀ ਜੀ ਕਰਕੇ ਜਿਹੜਾ ਆ ਉਹਨਾਂ ਨੂੰ ਆਪਣੀ ਜਾਨ ਤੋਂ ਹੱਥ ਗਵਾਉਣਾ ਪਿਆ ਜੇ ਅਰੂਹੀ ਜੀ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਜੇ ਅਸਲ ਦੇ ਚੋ ਆਪਸ ਦੇ ਵਿੱਚ ਟੱਕਰ ਹੋਈ ਹੁੰਦੀ ਤਾਂ ਅਸੀਂ ਕਹਿ ਸਕਦੇ ਸੀ ਕੰਟਰੋਲ ਜਿਹੜਾ ਆ ਉਹ ਖਤਮ ਹੋ ਗਿਆ ਹੋਵੇਗਾ ਤੇ ਜਾਂ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਜਾਂ ਕਿਸੇ ਗਲਤ ਬੰਦੇ ਨੇ ਗੱਡੀ ਆ ਕੇ ਸਾਈਡ ਮਾਰੀ ਹੋਵੇ ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਉਹ ਹੁੰਦੀਆਂ ਰਹਿੰਦੀਆਂ ਨੇ ਪਰ ਜਿਹੜਾ ਦੀਪ ਸਿੱਧੂ ਦਾ ਜਾਣਾ ਉਹ ਸਾਡੇ ਲਈ ਕੀ ਸਾਰੇ ਔਰ ਜਿਹੜਾ ਆ ਉਹਨਾਂ ਦੇ ਚਾਹਣ ਵਾਲਿਆਂ ਵਾਸਤੇ ਪਰਿਵਾਰਾਂ ਵਾਸਤੇ ਜਿਹੜਾ ਆ ਇਹ ਬਹੁਤ ਦੁਖਦਾਈ ਦੀ ਜਿਹੜੀ ਆ ਘਟਨਾ ਆ ਤੇ ਜੋ ਇੱਕ ਵੱਡਾ ਸਵਾਲ ਵੀ ਖੜਾ ਕਰਕੇ ਚਲੀ ਗਿਆ। ਬਿਲਕੁਲ ਜੀ ਬਿਲਕੁਲ ਤੇ ਜਿਹੜਾ ਆ ਸਾਡੇ ਇਸ ਚੈਨਲ ਵੱਲੋਂ ਸਾਡੇ ਸਮੂਹ ਸਟਾਫ ਵੱਲੋਂ ਜਿਹੜਾ ਆ ਦੀਪ ਸਿੱਧੂ ਨੂੰ ਜਿਹੜੇ ਸ਼ਰਦਾ ਦੇ ਫੁੱਲ ਅਸੀਂ ਭੇਟ ਕਰਦੇ ਆਂ। ਤੇ ਆਓ ਜਿਹੜਾ ਹੁਣ ਸਾਡੇ ਜਿਹੜਾ ਸ਼ੋਅ ਦਾ ਸਮਾਪਤ ਹੈ ਰੁਹੀ ਗਰੋਵਰ ਤੇ ਗਗਨਦੀਪ ਸਿੰਘ ਅਨੰਤਪੁਰੀ ਨੂੰ ਦਿਓ ਇਜਾਦਤ ਸਤਿ ਸ੍ਰੀ ਅਕਾਲ।